वाहेगुरु जी का खालसा, श्री वाहेगुरु जी की फतेह। मौसमी तब्दीलियां दे मद्देनज़र खेती का जिहड़ा बहुपरती संकट है उहनूं मुखातब हो के खेतीबाड़ी ते वातावरण जागरूकता केंद्र वल्लों अज इह जिहड़ा उपराला कीता गया बहुत ही लोड़ींदा ते शलाघाजोग उपराला। ਤੁਸੀਂ ਇੱਥੇ ਇੰਨੀ ਵੱਡੀ ਸੰਖਿਆ 'ਚ ਪਹੁੰਚੇ ਹੋ, ਇਸ ਤਰ੍ਹਾਂ ਦੇ ਵਿਸ਼ੇ 'ਤੇ ਗੱਲਬਾਤ ਦੇ ਵਿੱਚ ਭਾਗੀਦਾਰ ਬਣਨ ਵਾਸਤੇ ਇਹ ਇਹਨਾਂ ਦੇ ਉਪਰਾਲੇ ਤੋਂ ਵੀ ਵੱਡੀ ਗੱਲ ਹੈ। ਇਹਦੇ ਤੋਂ ਪਤਾ ਲੱਗਦਾ ਕਿ ਪੰਜਾਬ ਦੀ ਜਿਹੜੀ ਧਰਤੀ ਹੈ ਇਹਦੇ 'ਤੇ ਜਿਨ੍ਹਾਂ ਦਾ ਅੰਦਰਲਾ ਹਾਲੇ ਜਿਉਂਦਾ ਅਤੇ ਜਿਨ੍ਹਾਂ ਦੇ ਇੱਥੇ ਬਾਬੇ ਨੇ ਮੱਤ ਬਖਸ਼ੀ ਹੈ ਉਹ ਲੋਕ ਹਜੇ ਹੈਗੇ ਆ। ਸੋ ਬਹੁਗਿਣਤੀ ਜਿਹੜੀ ਆਬਾਦੀ ਹੈ, ਆਪਾਂ ਪੰਜਾਬ ਦੇ ਵਿੱਚ ਬੈਠੇ ਹਾਂ ਤਾਂ ਆਪਾਂ ਪੰਜਾਬ ਤੋਂ ਹੀ ਗੱਲ ਕਰਾਂਗੇ, ਉਂਝ ਤਾਂ ਪੂਰੀ ਦੁਨੀਆ ਦੀ ਗੱਲ ਹੈ ਇਹ। ਜਿਹੜੀ ਬਹੁਗਿਣਤੀ ਆਬਾਦੀ ਹੈ ਉਹ ਅਗਿਆਨ ਵੱਸ ਵੱਡੇ ਵੱਡੇ ਸੰਕਟਾਂ 'ਚ ਫਸਦੀ ਹੈ, ਨਾ ਚਾਹੁੰਦੇ ਹੋਏ ਵੀ। ਜਿਹੜੇ ਚਲਾਕ ਚਤੁਰ ਕਿਸਮ ਦੇ ਲੋਕ ਹੈ ਜਿਨ੍ਹਾਂ ਨੇ ਸਾਇੰਸ ਨੂੰ ਸਮਝ ਲਿਆ ਹੁੰਦਾ ਅਤੇ ਉਹ ਸਾਇੰਸ ਨੂੰ ਸਮਝਣ ਤੋਂ ਬਾਅਦ ਸਾਇੰਸ ਦਾ ਨਜਾਇਜ਼ ਫਾਇਦਾ ਚੁੱਕਦੇ ਹੋਏ ਬਹੁਗਿਣਤੀ ਜਿਹੜੇ ਅਗਿਆਨੀ ਲੋਕ ਹੁੰਦੇ ਆ ਉਹਨਾਂ ਦੇ ਉੱਤੇ ਅਜਿਹੀਆਂ ਚੀਜ਼ਾਂ ਥੋਪਦੇ ਆ ਜਿਨ੍ਹਾਂ ਦੇ ਸਿੱਟੇ ਜਿਹੜੇ ਹੈਗੇ ਆ ਉਹ ਕੁੱਲ ਸ੍ਰਿਸ਼ਟੀ ਨੂੰ ਭੁਗਤਣੇ ਪੈਂਦੇ ਆ ਮਾਰੂ ਸਿੱਟੇ। ਕੁੱਲ ਸ੍ਰਿਸ਼ਟੀ ਦਾ ਮਤਲਬ ਹੈ ਕੁੱਲ ਸ੍ਰਿਸ਼ਟੀ, ਇਕੱਲਾ ਮਨੁੱਖ ਨੇ। ਸੋ ਜਿਹੜਾ ਪੰਜਾਬ ਉਹ ਧਰਤੀ ਹੈਗੀ ਹੈ ਸਿੱਖੀ ਦੀ, 10 ਗੁਰੂਆਂ ਦੀ ਵਰਸੋਈ ਹੋਈ ਧਰਤੀ, 11ਵੇਂ ਗੁਰੂ ਸਾਹਿਬ ਦੀ ਅਗਵਾਈ 'ਚ ਹਾਲੇ ਵੀ ਚੱਲ ਰਹੀ ਧਰਤੀ। ਅਤੇ ਜਿਵੇਂ ਜਿਵੇਂ ਪੰਜਾਬ ਦੇ ਬਹੁਗਿਣਤੀ ਲੋਕ ਗੁਰਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਉਪਦੇਸ਼ਾਂ ਨੂੰ ਤਿਲਾਂਜਲੀ ਦਿੰਦੇ ਗਏ, ਉਵੇਂ ਉਵੇਂ ਪੰਜਾਬ ਦਾ ਜਿਹੜਾ ਸੰਕਟ ਹੈ ਉਹ ਪਣਪਦਾ ਅਤੇ ਫਿਰ ਵੱਡਾ ਹੁੰਦਾ। ਅਤੇ ਅੱਜ ਅਸੀਂ ਉਸ ਸੰਕਟ ਨੂੰ ਡਿਸਕਸ ਕਰਨ ਵਾਸਤੇ ਇੱਥੇ ਬੈਠੇ ਹਾਂ। ਅਤੇ ਜੇ ਅਸੀਂ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਅਤੇ ਉਪਦੇਸ਼ਾਂ ਨੂੰ ਧੱਜ ਕੇ ਇਸ ਸੰਕਟ ਨੂੰ ਵਿਚਾਰਾਂਗੇ ਤਾਂ ਇਹਦਾ ਕੋਈ ਹੱਲ ਤੁਹਾਨੂੰ ਮਿਲੇਗਾ ਨਹੀਂ। ਸਭ ਤੋਂ ਜ਼ਿਆਦਾ ਮਹਿਮਾ ਗੁਰੂ ਸਾਹਿਬਾਨ ਨੇ ਜਿਹੜੀ ਗਾਈ ਹੈ ਉਹ ਕੁਦਰਤ ਦੀ ਗਾਈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚਲੀ ਜਿਹੜੀ ਗੁਰਬਾਣੀ ਹੈ ਉਹਨੂੰ ਵਾਚਦੇ ਹੋ, ਪੜ੍ਹਦੇ ਹੋ ਤਾਂ ਤੁਹਾਨੂੰ ਧਿਆਨ 'ਚ ਆ ਜਾਏਗਾ ਕਿ ਕੁਦਰਤ ਦੀ ਬਹੁਤ ਵੱਡੀ ਮਹਿਮਾ ਗਾਈ ਆ। ਬਹੁਤ ਸਾਰੇ ਸ਼ਲੋਕ ਸ਼ਬਦ ਕੁਦਰਤ ਦੀ ਮਹਿਮਾ ਦੇ ਵਿੱਚ ਰਚੇ ਗਏ ਆ, ਗਾਏ ਗਏ ਆ। ਅਤੇ ਪਹਿਲੇ ਪਾਤਸ਼ਾਹ ਕੀ ਕਹਿੰਦੇ ਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤਵ। ਅਸੀਂ ਕੀ ਕਰਦੇ ਹਾਂ, ਅਸੀਂ ਕਹਿੰਦੇ ਹਾਂ ਅਸੀਂ ਤੇਰੇ ਨਹੀਂ ਬਾਬਾ ਤੈਨੂੰ ਦੱਸਣਾ ਚਾਹੁੰਦੇ ਹਾਂ। ਆਪਾਂ ਬਹੁਗਿਣਤੀ ਲੋਕ ਰੋਜ਼ ਗੁਰੂ ਸਾਹਿਬ ਗੁਰੂ ਘਰ ਜਾਂਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਅਤੇ ਇੱਕ ਫੋਰਮੈਲਿਟੀ ਕਰਕੇ ਆ ਜਾਂਦੇ ਹਾਂ। ਉੱਥੋਂ ਜਿਹੜੀ ਸੇਧ ਮਿਲਦੀ ਆ ਉਹ ਸੇਧ ਲੈ ਕੇ ਨਹੀਂ ਆਉਂਦੇ ਅਤੇ ਖੇਤਾਂ 'ਚ ਅੱਗ ਪਾ ਦਿੰਦੇ ਹਾਂ। ਜਿੱਥੋਂ ਜੀਵਨ ਪੈਦਾ ਹੋਣਾ, ਪਣਪਣਾ, ਵਧਣਾ, ਫੁੱਲਣਾ, ਮੌਲਣਾ, ਉੱਥੇ ਅੱਗ ਪਾਵਾਂਗੇ ਤਾਂ ਜੀਵਨ ਠੰਡਾ, ਸ਼ਾਂਤ, ਸ਼ੀਤਲ ਚੱਲੂ, ਗੜਬੜ ਮੁਕਤ ਚੱਲੂ, ਨਹੀਂ ਚੱਲੂ। ਸੋ ਹੁਣ ਗੁਰੂ ਸਾਹਿਬ ਜਦੋਂ ਇਹ ਲਿਖਦੇ ਆ, ਉਚਾਰਦੇ ਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤਵ, ਆਪਾਂ ਪਹਿਲੀ ਸਤਰ 'ਤੇ ਹੀ ਗੱਲ ਕਰਨੀ ਹੈ, ਜਿੰਨੀ ਕੁ ਮੈਨੂੰ ਸਮਝ ਆ ਮੈਂ ਉਸ ਹਿਸਾਬ ਨਾਲ ਕਰੂੰ।
ਤਾਂ ਉਹ ਕਹਿੰਦੇ ਆ ਕਿ ਹਵਾ ਪਾਣੀ ਅਤੇ ਮਿੱਟੀ ਤਿੰਨੋਂ ਜੀਵਨਦਾਈ ਕੁਦਰਤੀ ਸੋਮੇ ਆ। ਇਹਨਾਂ 'ਚੋਂ ਜੀਵਨ ਪੈਦਾ ਹੁੰਦਾ, ਇਹਨਾਂ 'ਚ ਹੀ ਵੱਧਦਾ ਫੁੱਲਦਾ ਅਤੇ ਇਹਨਾਂ 'ਚ ਹੀ ਅੱਗੇ ਜਾ ਕੇ ਵਿਗਸ ਜਾਂਦਾ। ਤਾਂ ਇਸ ਕਰਕੇ ਇਹਨਾਂ ਤਿੰਨਾਂ ਦੀ ਸੇਵਾ ਸੰਭਾਲ ਅਤੇ ਸਤਿਕਾਰ ਸਾਨੂੰ ਬਿਲਕੁਲ ਉਵੇਂ ਦਾ ਕਰਨਾ ਚਾਹੀਦਾ ਜਿਵੇਂ ਅਸੀਂ ਆਪਣੇ ਗੁਰੂ ਦਾ ਕਰਦੇ ਹਾਂ, ਜਿਵੇਂ ਅਸੀਂ ਆਪਣੇ ਪਿਤਾ ਦਾ ਕਰਦੇ ਹਾਂ, ਜਿਵੇਂ ਅਸੀਂ ਆਪਣੀ ਮਾਤਾ ਦਾ ਕਰਦੇ ਹਾਂ। ਜਿਹੜੀ ਰਿਸਪੈਕਟ ਅਸੀਂ ਉਹਨਾਂ ਨੂੰ ਦਿੰਦੇ ਹਾਂ, ਜਿਹੜੀ ਸੇਵਾ ਉਹਨਾਂ ਦੀ ਕਰਦੇ ਹਾਂ, ਜਿਹੜੀ ਸੰਭਾਲ ਉਹਨਾਂ ਦੀ ਕਰਦੇ ਹਾਂ, ਉਸੇ ਸੰਭਾਲ ਦੇ ਹੱਕਦਾਰ ਇਹ ਤਿੰਨੇ ਜੀਵਨਦਾਈ ਕੁਦਰਤੀ ਸੋਮੇ। ਕਿਉਂਕਿ ਤਿੰਨਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ, ਅਤੇ ਜਿਹੋ ਜਿਹੇ ਇਹ ਤਿੰਨੇ ਹੋਣਗੇ ਉਹੋ ਜਿਹਾ ਜੀਵਨ ਹੋਜੂ। ਸੋ ਜੇ ਤੁਸੀਂ ਤੰਦਰੁਸਤ ਜੀਵਨ ਚਾਹੁੰਦੇ ਹੋ ਸਮੂਹ ਸ੍ਰਿਸ਼ਟੀ ਵਾਸਤੇ, ਸਮੁੱਚੇ ਸਰਬੱਤ ਵਾਸਤੇ, ਤਾਂ ਤੁਹਾਨੂੰ ਇਹਨਾਂ ਤਿੰਨਾਂ ਨੂੰ ਪਹਿਲਾਂ ਤੰਦਰੁਸਤ ਰੱਖਣਾ ਪਊਗਾ। ਅਤੇ ਵਾਹਿਗੁਰੂ ਨੇ ਇਹ ਤੰਦਰੁਸਤ ਦਿੱਤੇ ਸੀ ਆਪਾਂ ਨੂੰ ਕਿ ਬਿਮਾਰ ਦਿੱਤੇ ਸੀ? ਤੰਦਰੁਸਤ। ਅਤੇ ਆਹ ਜਿਹੜੀ 1880 ਤੋਂ ਖਾਧਾਂ ਵਾਲਾ ਕੰਮ ਸ਼ੁਰੂ ਹੋਇਆ, 1964-65 ਦੇ ਵਿੱਚ ਇਹ ਸਾਡੇ ਇੱਥੇ ਲਾਗੂ ਹੋ ਗਿਆ, ਅਤੇ ਉਸ ਤੋਂ ਬਾਅਦ ਵੱਡੇ ਪੱਧਰ 'ਤੇ ਇਹ ਬਿਮਾਰ ਹੋਣੇ ਸ਼ੁਰੂ ਹੋਏ। ਤੋ ਜੇ ਸਾਡੇ ਜੀਵਨਦਾਈ ਕੁਦਰਤੀ ਸੋਮੇ ਬਿਮਾਰ, ਕਮਜ਼ੋਰ ਅਤੇ ਲਾਚਾਰ ਹੋ ਜਾਣਗੇ, ਤਾਂ ਸਾਡਾ ਜੀਵਨ, ਅਸੀਂ ਸਾਰੇ ਬਿਮਾਰ, ਕਮਜ਼ੋਰ ਅਤੇ ਲਾਚਾਰ ਹੋਵਾਂਗੇ। ਇਹ ਗੱਲ ਕੁਦਰਤੀ। ਸੋ ਹੁਣ ਜਦੋਂ ਇਹਨਾਂ ਤਿੰਨਾਂ ਦੇ ਨਾਲ ਧੱਕਾ ਹੋਊਗਾ, ਤਾਂ ਬਈ ਕਲਾਈਮੇਟ ਤਾਂ ਚੇਂਜ ਫਿਰ ਹੋਊਗਾ ਹੀ ਹੋਊਗਾ, ਅਤੇ ਉਹਦੀ ਜਿਹੜੀ ਉਹਦਾ ਜਿਹੜਾ ਬਦਲਾਅ, ਉਹਦੇ ਨਤੀਜੇ, ਉਹਦੇ ਸਿੱਟੇ ਸਾਨੂੰ ਸਾਰਿਆਂ ਨੂੰ ਭੁਗਤਣੇ ਪੈਣਗੇ। ਹੁਣ ਕਲਾਈਮੇਟ ਚੇਂਜ ਆ ਜਿਹੜਾ, ਵਾਤਾਵਰਨੀ ਬਦਲਾਅ, ਉਹ ਉਹਦੇ ਲਈ ਜ਼ਿੰਮੇਦਾਰ ਕੌਣ ਹੈ? ਮੁੱਖ ਰੂਪ ਨਾਲ ਮਨੁੱਖ, ਅਤੇ ਉਹਦੇ ਭੁਗਤ ਭੋਗੀ ਕੌਣ ਹੈ? ਸਾਰਾ ਸਰਬੱਤ। ਸਹੀ ਗੱਲ ਹੈ ਕਿ ਨਹੀਂ? ਜਦੋਂ ਮੈਂ ਕਹਿੰਦਾ ਮੁੱਖ ਰੂਪ ਨਾਲ ਮਨੁੱਖ, ਤਾਂ ਅਸੀਂ ਇਹਦੇ ਇਸ ਜੋ ਸਭ ਕੁਝ ਹੋ ਰਿਹਾ ਇਹਦੇ ਵਿੱਚੋਂ ਖੁਦ ਨੂੰ ਬਰੀ ਨਹੀਂ ਕਰ ਸਕਦੇ, ਸਿਰਫ ਕਾਰਪੋਰੇਟ ਦੇ ਉੱਤੇ ਉਂਗਲ ਕਰਕੇ। ਠੀਕ ਹੈ, ਕਾਰਪੋਰੇਟ ਨੇ ਗੇਮ ਖੇਡੀ ਆ, ਪਾਈ ਆ, ਕਾਰਪੋਰੇਟ ਨੇ ਗੇਮ ਪਾਤੀ। ਸਰਕਾਰਾਂ ਕਾਰਪੋਰੇਟ ਦੇ ਕੰਟਰੋਲ 'ਚ ਹੁੰਦੀਆਂ। ਬਾਜ਼ਾਰ ਅਤੇ ਸਰਕਾਰ ਇੱਕ ਸਿੱਕੇ ਦੇ ਦੋ ਪਹਿਲੂ ਆ, ਚਾਹੇ ਜਿਹੜੀ ਮਰਜ਼ੀ ਹੋਵੇ, ਚਾਹੇ ਕਾਮਰੇਡਾਂ ਦੀ ਹੋਵੇ, ਚਾਹੇ ਗੈਰ ਕਾਮਰੇਡਾਂ ਦੀ ਹੋਵੇ, ਉਹ ਸਰਕਾਰ ਅਤੇ ਬਾਜ਼ਾਰ ਦੇ ਦੋਨੇ ਇੱਕ ਸਿੱਕੇ ਦੇ ਦੋ ਪਹਿਲੂ ਆ, ਇੱਕ ਦੂਜੇ ਦੇ ਨਾਲ ਰਲ ਕੇ ਚੱਲਦੇ, ਅਤੇ ਦੋਨਾਂ ਦਾ ਇੱਕ ਸਾਂਝਾ ਮਕਸਦ ਹੁੰਦਾ, ਕੁਦਰਤੀ ਸੋਮਿਆਂ ਦਾ ਵੱਧ ਤੋਂ ਵੱਧ ਸ਼ੋਸ਼ਣ ਕਰਕੇ। ਹੁਣ ਕੁਦਰਤੀ ਸੋਮੇ ਕੀ? ਹਵਾ, ਪਾਣੀ, ਮਿੱਟੀ ਅਤੇ ਮਨੁੱਖ, ਇਹ ਕੀ ਹੈ? ਚਾਰੇ ਕੁਦਰਤੀ ਸੋਮੇ। ਇਹਨਾਂ ਦਾ ਵੱਧ ਤੋਂ ਵੱਧ ਸ਼ੋਸ਼ਣ ਕਰਕੇ ਵੱਧ ਤੋਂ ਵੱਧ ਸਰਮਾਇਆ ਪੈਦਾ ਕਰਨਾ, ਇਹ ਕਾਰਪੋਰੇਟ ਦਾ ਨਿਸ਼ਾਨਾ ਹੁੰਦਾ ਹਮੇਸ਼ਾ। ਇਸ ਨਿਸ਼ਾਨੇ ਦੀ ਪੂਰਤੀ ਲਈ ਉਹਨੂੰ ਸਰਕਾਰਾਂ ਦੇ ਸਹਾਰੇ ਅਤੇ ਪੁਸਤ ਪਨਾਹੀ ਦੀ ਲੋੜ ਹੁੰਦੀ ਹੈ, ਅਤੇ ਸਰਕਾਰਾਂ ਨੂੰ ਕਾਰਪੋਰੇਟ ਦੇ ਪੈਸੇ ਦੀ, ਤਾਕਤ ਦੀ ਲੋੜ ਹੁੰਦੀ ਹੈ। ਤੁਹਾਡੇ ਕੋਲ ਕੀ ਹੈ? ਵੋਟਾਂ। ਉਹਨਾਂ ਕੋਲ ਕੀ ਹੈ? ਨੋਟਾਂ। ਸਰਕਾਰ ਤੁਸੀਂ ਬਣਾਉਣੇ ਹੋ, ਜਿਹੜੀ ਮਰਜ਼ੀ ਬਣਾ ਲਓ, ਕੰਮ ਕਿਹਦੇ ਲਈ ਕਰਦੀ ਹੈ? ਕਾਰਪੋਰੇਟਸ ਲਈ, ਵਪਾਰੀਆਂ ਲਈ, ਮੋਟੇ ਤੌਰ 'ਤੇ ਸੌਖੀ ਭਾਸ਼ਾ 'ਚ ਸਮਝਣਾ ਹੋਵੇ। ਤਾਂ ਸਰਮਾਏ ਨੂੰ ਕਮਾਉਣ ਲਈ ਵੱਧ ਤੋਂ ਵੱਧ ਕੁਦਰਤੀ ਸੋਮਿਆਂ ਦਾ ਸ਼ੋਸ਼ਣ ਕਰਨਾ, ਇਹ ਬਾਜ਼ਾਰ ਅਤੇ ਸਰਕਾਰ ਦੀ ਬਿਰਤੀ ਹੈ। ਅਤੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਜਿਹੜੇ ਚਲਾਕ ਕਿਸਮ ਦੇ ਲੋਕ ਆ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਖੜੀਆਂ ਕਰਦੇ ਆ, ਜਿਨ੍ਹਾਂ ਦੇ ਵਿੱਚ ਸਾਡੇ ਵਰਗੇ
ਜਿਹੜੇ ਹੈਗੇ ਆ ਉਲਝਾ ਲਏ ਜਾਂਦੇ ਆ, ਫਸਾ ਲਏ ਜਾਂਦੇ ਆ, ਕਿਉਂਕਿ ਅਸੀਂ ਤਾਂ ਉਨੀ ਡੂੰਘਾਈ ਤੱਕ ਚੀਜ਼ਾਂ ਨੂੰ ਸਮਝਦੇ ਨਹੀਂ, ਸੋਚਦੇ ਨਹੀਂ, ਅਸੀਂ ਉੱਥੋਂ ਤੱਕ ਜਾਂਦੇ ਨਹੀਂ, ਕਿਉਂਕਿ ਅਸੀਂ ਦੋ ਤਿੰਨ ਟਾਈਮ ਦੀ ਰੋਟੀ ਦੇ ਜੁਗਾੜ 'ਚ ਜ਼ਿਆਦਾ ਜਿਹੜੇ ਹੈਗੇ ਆ ਫਿਕਰਮੰਦ ਹੁੰਦੇ ਹਾਂ, ਉਹਦੇ ਲਈ ਜ਼ਿਆਦਾ ਕੰਮ ਕਰਦੇ ਹਾਂ। ਡੂੰਘੀਆਂ ਚੀਜ਼ਾਂ ਵੱਲ ਜਾਣਾ ਸਾਡਾ ਸਾਡੀ ਸੋਚ ਸਾਨੂੰ ਲੈ ਕੇ ਨਹੀਂ ਜਾਂਦੀ। ਸੋ ਕੈਮੀਕਲ ਖੇਤੀ ਕਰਦੇ ਹੋਏ ਇਹਨਾਂ ਤਿੰਨਾਂ ਕੁਦਰਤੀ ਸੋਮਿਆਂ ਦਾ ਭਿਆਨਕ ਸ਼ੋਸ਼ਣ ਹੋਇਆ ਪਿਛਲੇ 50-55 ਸਾਲਾਂ ਦੇ ਵਿੱਚ, ਅਤੇ ਇਸ ਸ਼ੋਸ਼ਣ ਦੇ ਚੱਲਦਿਆਂ ਇਹ ਜਿਹੜਾ ਵਾਤਾਵਰਨੀ ਬਦਲਾਅ ਸਾਡੇ ਲਈ ਜਿਹੜਾ ਮਾੜਾ ਵਾਤਾਵਰਨੀ ਬਦਲਾਅ ਉਹ ਆਇਆ। ਹੁਣ ਮੈਂ ਕਹਿ ਰਿਹਾ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਲਿਖਿਆ ਉਹਦੀ ਰੋਸ਼ਨੀ 'ਚ ਇਹ ਮਸਲਿਆਂ ਦਾ ਹੱਲ ਲੱਭਣਾ ਚਾਹੀਦਾ। ਤਾਂ ਹੁਣ ਫਲਸਫੇ ਦੀ ਗੱਲ ਹੈ, ਇੱਕ ਸਾਡਾ ਫਲਸਫਾ, ਇੱਕ ਸ਼ੈਤਾਨੀ ਫਲਸਫਾ। ਸਾਡਾ ਫਲਸਫਾ ਭਗਵਾਨੀ ਫਲਸਫਾ, ਭਗਵਾਨ ਦਾ ਫਲਸਫਾ, ਅਤੇ ਜਿਹੜਾ ਅਕਰੋਸ ਦਾ ਵਰਲਡ ਇਸ ਵੇਲੇ ਲਾਗੂ ਹੈ ਉਹ ਸ਼ੈਤਾਨ ਦਾ ਫਲਸਫਾ। ਸ਼ੈਤਾਨ ਦਾ ਫਲਸਫਾ ਇਹ ਕਹਿੰਦਾ ਵੀ ਸਾਰੇ ਕੁਦਰਤੀ ਸੋਮਿਆਂ ਦੀ ਬੇਕਿਰਕ ਲੁੱਟ ਕਰੋ ਅਤੇ ਵੱਧ ਤੋਂ ਵੱਧ ਪੈਸੇ ਛਾਪੋ। ਅਤੇ ਜਿਹੜਾ ਸਾਡਾ ਫਲਸਫਾ ਗੁਰੂ ਫਲਸਫਾ ਉਹ ਕਹਿੰਦਾ ਕੁਦਰਤੀ ਸੋਮਿਆਂ ਦੀ ਸੇਵਾ ਸੰਭਾਲ ਕਰਦੇ ਹੋਏ ਜਿਹੜਾ ਹੈਗਾ ਸਾਰਿਆਂ ਦੇ ਨਾਲ ਹੱਥ 'ਚ ਹੱਥ ਪਾ ਕੇ ਅੱਗੇ ਵਧਣਾ, ਇੱਕ ਨੂੰ ਮਿੱਧ ਕੇ ਦੂਜੇ ਨੇ ਅੱਗੇ ਨਹੀਂ ਵਧਣਾ, ਇਹ ਸਿੱਖ ਫਲਸਫਾ, ਇਹ ਗੁਰੂ ਫਲਸਫਾ। ਜਿਹੜਾ ਫਲਸਫਾ ਲਾਗੂ ਆ ਪੂਰੀ ਦੁਨੀਆ 'ਤੇ ਉਹ ਕਹਿੰਦਾ ਵੀ ਆਪ ਤੋਂ ਅਗਲੇ ਨੂੰ ਮਿੱਧੋ ਅਤੇ ਅੱਗੇ ਵਧੋ। ਤਾਂ ਉਹ ਫਿਰ ਮਿੱਧਦੇ ਜਾਂਦੇ ਆ, ਉਹ ਨਹੀਂ ਦੇਖਦੇ ਵੀ ਪਿੱਛੇ ਕੀ ਤਬਾਹੀ ਹੋ ਗਈ, ਠੀਕ ਹੈ। ਉਹਨਾਂ ਨੂੰ ਸਿਰਫ ਆਪਣੇ ਮੁਨਾਫੇ ਦਿਖਾਈ ਦਿੰਦੇ ਆ, ਅਤੇ ਉਹਨਾਂ ਮੁਨਾਫਿਆਂ ਦੀ ਹੋੜ ਦੇ ਵਿੱਚ ਉਹ ਜਿਹੜਾ ਹੈਗਾ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਚੁੱਕੇ ਆ, ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਪਤਾ ਹੈ ਵੀ ਗੱਲ ਕਰਨ ਦੀ ਲੋੜ ਹੈ, ਜਿਨ੍ਹਾਂ ਦਾ ਹੱਲ ਕਰਨ ਦੀ ਲੋੜ ਹੈ, ਪਰ ਉਹ ਉਹਨਾਂ ਦੀ ਗੱਲ ਕਰਦੇ ਆ UNO 'ਚ ਬਹਿ ਕੇ, ਜਨੇਵਾ 'ਚ ਬਹਿ ਕੇ, ਜਿੱਥੇ ਜਿੱਥੇ ਵੀ ਕਲਾਈਮੇਟ ਚੇਂਜ ਸਮਿਟਸ ਹੁੰਦੇ ਆ ਉੱਥੇ ਬਹਿ ਕੇ। ਮੈਨੂੰ ਲੱਗਦਾ ਪਿਛਲੇ 20 ਸਾਲਾਂ ਤੋਂ ਲਗਾਤਾਰ ਕਲਾਈਮੇਟ ਚੇਂਜ ਦੇ ਉੱਤੇ ਇੰਟਰਨੈਸ਼ਨਲ ਪੱਧਰ 'ਤੇ ਲੌੜਾ ਪਾਇਆ ਜਾ ਰਿਹਾ, ਅਤੇ ਕੁਝ ਵੀ ਠੋਸ ਜਿਹੜਾ ਹੈਗਾ ਹੱਲ ਪੇਸ਼ ਨਹੀਂ ਕੀਤਾ ਜਾ ਰਿਹਾ। ਕਿਉਂਕਿ ਜਿਹੜਾ ਠੋਸ ਹੱਲ ਹੈ ਉਹ ਕੀ ਕਹਿੰਦਾ ਕਿ ਕਾਰਬਨ ਉਤਸਰਜਨ ਘੱਟ ਕਰੋ, ਅਤੇ ਸਭ ਤੋਂ ਵੱਧ ਕਾਰਬਨ ਕੌਣ ਪੈਦਾ ਕਰ ਰਿਹਾ? ਵਿਕਸਿਤ ਦੇਸ਼, ਯੂਰਪ, ਅਮਰੀਕਾ, ਕੈਨੇਡਾ, ਠੀਕ। ਤਾਂ ਉਹਨਾਂ ਨੇ ਆਪਣਾ ਲਾਈਫ ਸਟਾਈਲ ਇਹੋ ਜਿਹਾ ਬਣਾਇਆ ਕਿ ਉਹ ਹੁਣ ਉੱਥੋਂ ਪਿੱਛੇ ਆਉਣ ਦੀ ਸਥਿਤੀ 'ਚ ਨਹੀਂ ਹੈਗੇ, ਅਤੇ ਉਹਨਾਂ ਨੇ ਇੱਕ ਪੋਲਿਸੀ ਲਿਆਂਦੀ ਇੰਟਰਨੈਸ਼ਨਲ ਪੱਧਰ 'ਤੇ UNO ਦੇ ਮਾਧਿਅਮ ਨਾਲ, ਕਾਰਬਨ ਕ੍ਰੈਡਿਟ, ਵੀ ਜਿਹੜੀ ਕੰਟਰੀ ਜਿੰਨਾ ਘੱਟ ਕਾਰਬਨ ਉਤਸਰਜਨ ਕਰੂਗੀ, ਪੈਦਾ ਕਰੂਗੀ, ਉਹਨੂੰ ਅਸੀਂ ਉਹਦੇ ਬਦਲੇ 'ਚ ਉਨੇ ਪੈਸੇ ਪੇ ਕਰਾਂਗੇ, ਠੀਕ ਹੈ। ਅਤੇ ਉਹ ਕਹਿ ਕੀ ਰਹੇ ਆ, ਕਹਿੰਦੇ ਅਸੀਂ ਤਾਂ ਪੂਰਾ ਹੀ ਕਰਦੇ ਰਹਾਂਗੇ, ਜਿਹੜੇ ਤੀਜੀ ਦੁਨੀਆ ਦੇ ਦੇਸ਼ ਹੈ ਉਹ ਘਟਾਓ, ਅਤੇ ਤੀਜੀ ਦੁਨੀਆ ਦੇ ਦੇਸ਼ ਸਭ ਤੋਂ ਘੱਟ ਪਹਿਲਾਂ ਹੀ ਕਰਦੇ ਪਏ, ਸਮਝ ਰਹੇ ਹੋ? ਮਤਲਬ ਅਸੀਂ ਨਹੀਂ ਪਿੱਛੇ ਹਟਣਾ, ਅਸੀਂ ਤਾਂ ਇੱਦਾਂ ਹੀ ਜਿਉਣਾ, ਅਤੇ ਤੁਸੀਂ ਜਿਹੜੇ ਹੈਗੇ ਧਰਤੀ 'ਤੇ ਬੋਝ ਹੋ, ਅਤੇ ਸਾਡੀ ਖਾਤਰ ਤੁਸੀਂ ਆਹ ਸਾਰਾ ਕੁਝ ਕਰੋ ਤੀਜੀ ਦੁਨੀਆ ਦੇ ਦੇਸ਼ਾਂ ਲਈ, ਇਹ ਉਹ ਚਾਹੁੰਦੇ ਆ, ਠੀਕ। ਪਰ ਕੀ ਹੁਣ ਅਸੀਂ ਇਹ ਉਹ ਚਾਹੁੰਦੇ ਆ ਇਸੇ ਕਰਕੇ ਅਸੀਂ ਨਹੀਂ ਕਰਨਾ? ਇਹ ਹੋ ਸਕਦਾ, ਫਸੇ ਹੋਏ ਹਾਂ, ਇਹ ਵੀ ਨਹੀਂ ਅਸੀਂ ਕਰ ਸਕਦੇ ਵੀ ਅਸੀਂ ਨਹੀਂ ਕਰਨਾ, ਤੁਹਾਡੀ ਲੋੜ ਹੈ ਤੁਸੀਂ ਕਰੋ, ਸਿੱਟੇ ਤਾਂ ਅਸੀਂ ਵੀ ਭੁਗਤ ਰਹੇ ਹਾਂ। ਭਾਈ ਸਾਹਿਬ ਨੇ ਔਰਗੈਨਿਕ ਕਾਰਬਨ ਦੀ ਗੱਲ ਕੀਤੀ, ਅਸਲ ਦੇ ਵਿੱਚ ਕਲਾਈਮੇਟ ਚੇਂਜ ਨੂੰ ਜਿਹੜਾ ਜਵਾਬ ਹੈ ਉਹ ਇਹੀ ਹੈ, ਔਰਗੈਨਿਕ ਕਾਰਬਨ ਮਿੱਟੀ ਦੇ ਵਿੱਚ ਵਧਾ ਦਿਓ, ਕਲਾਈਮੇਟ ਚੇਂਜ ਰਿਵਰਸ ਹੋ ਜੂਗੀ। ਹੁਣ ਮੈਂ ਇਹਦੇ 'ਤੇ ਗੱਲ ਕਰਾਂਗਾ, ਅਤੇ ਇਹਨੂੰ ਧਿਆਨ ਨਾਲ ਤੁਸੀਂ ਜੇ ਸੁਣੋਗੇ ਤਾਂ ਤੁਹਾਨੂੰ
लॉजिकली ये गल फिट बैठूगी। दोस्तों ऑरगैनिक कार्बन कहिंदे किदों आ, पहला आपां इह समझदे आ, कुदरत विच पाई जाण वाली हरेक उह शै जिहड़ी मरन उपरंत डीकंपोज होके मिट्टी नाल मिट्टी हो जाए उहनूं की कहिंदे आ? ऑरगैनिक कार्बन। मेरी समझे ऑरगैनिक कार्बन दे अठ रूप है। पहला फसली रहिंद खूंद, दूजा फसलों च होण वाले गैर फसली पौधे जिन्हां नूं आपां नदीन कबाड़ घाह फूस कह दिंदे आ। तीजा रुख बूटे पत्ते टाणियां। चौथा हरी खाद। पंजवां पशुआं दा मलमूत्र। छेवां मनुखी मलमूत्र। सत्तवां मरे हुए पशु पंछी जानवर। अठवां मरे हुए मनुख। ये सारा की है? ऑरगैनिक कार्बन। भाई साहब ने की कहा सी कि पौधे हवा चो कार्बन फड़ के उहदे नाल अपना शरीर बनाउंदे आ, ते वह कार्बन इस वेले इस लक्कड़ च, ठीक है, ते असी भी उस ही कार्बन का एक स्रोत आ, उस ऑरगैनिक कार्बन का। हुण हो की रहा, आपां थोड़ा जिहा देखिए साडियां जमीनां दे विच ऑरगैनिक कार्बन जिहनूं जैविक मादा पंजाबी च कह सकदे आ, भाई साहब ने दस्सिया कि अद्धे परसेंट तो घट आ, अद्धे परसेंट तो घट रह गया। ते कैमिकल खेती तुसी सारे करदे हो, तुहानूं इह पता भी जे तुसी कैमिकल खेती बाजार दे घट्टो घट दखल नाल करनी होवे तां इह संभव है। बिना पेस्टिसाइड बिना फंगीसाइड खेती कैमिकल वाली संभव है। किनूं पता? एक अद्धे बंदे नूं पता होऊ, बाकी तां कहिंदे वी हो ही नहीं सकदा इदां। पर उहदे लई तुहाडी सोयल दा मिनीमम जैविक मादे वाला पद्धर है, ऑरगैनिक कार्बन वाला जिहड़ा पद्धर है, वह होना चाहिए 0.75, मतलब 0.25%। तुहाडी सोयल दे विच जे 0.25% ऑरगैनिक कार्बन होवे तां तुहाडी जिहड़ी कैमिकल खेती है घट्टो घट खादां नाल बिना कीड़े मार ते उल्लीनाशक जहरां नाल सिरे चढ़ सकदी है। वाहिगुरू की इन्नी कृपा हैगी है कि दास तुहाडी उह खेती सिरे चढ़वा दूगा, ठीक है। पर साढ़े कोल तां हैगा अद्धे परसेंट तो घट। बाई जी ने 0.4 की गल की है, तुसी मालवे चाहो 0.2 भी हैगा, 1/4 तो भी घट। तो जे इदों घटदा तो इन्होंने कहा कि 20 साल बाद जमीन तुहाडे काम की नहीं रहनी, बंजर हो जानी है, समझ गए। तो हुण ऑरगैनिक कार्बन नू जमीन दे विच वधाउणा, मिट्टी दे विच वधाउणा, ये जदों मिट्टी दे विच वधदा तां जमीन अंदर जिहड़ा जीव जगत है, दिख अदिख प्रतख अप्रतख, उहनूं खुली डुली खुराक मिलदी है। जैविक मादा गडोयां दी, घी घुमियारां दी, चीच वोटियां दी जिहड़ियां असीं खत्म करतीयां अज तों 25-30 साल पहलां हुंदियां सी, सलीन रंग सलीन जी अरगे निक्के निक्के बीटल, ठीक है, होर बहुत सारे वह असी खत्म करते। एक पाथियां दे जिते आप पाथियां पत्थियां होंदियां गुहारे लगे होंदे आ, उत्थे एक हल्के जे उनाबी जे जां गुलाबी जे रंग दी निक्की जी एक वह फिरदी होंदी, असी उहनूं उधर गदी कहिंदे आ, ठीक है। वह की है? वह भी तुहाडी जमीन नूं लगातार उपजाऊ बनाउण वाले निक्के निक्के जीव आ, जिन्हां दी ड्यूटी वाहिगुरू ने लाई आ भी इस धरती नूं तुसीं निरंतर उपजाऊ रखना। वो जे तुहाडी मिट्टी च होणगे तां उहनां नूं खाण लई खुराक चाहीदी है। उहनां दी खुराक की है? जैविक मादा।
ਹੁਣ ਜੈਵਿਕ ਮਾਦੇ ਦੇ ਜਿਹੜੇ 8 ਰੂਪ ਹੈ, ਜੇ ਤਾਂ ਤੁਸੀਂ ਉਹ ਮਿੱਟੀ ਨੂੰ ਦੇ ਰਹੇ ਹੋ ਤਾਂ ਉਹਨਾਂ ਨੂੰ ਉੱਥੇ ਖੁਰਾਕ ਮਿਲੂਗੀ ਅਤੇ ਉਹ ਉਸ ਖੁਰਾਕ ਨੂੰ ਖਾ ਕੇ ਮੱਲੜ 'ਚ ਕਨਵਰਟ ਕਰ ਦੇਣਗੇ। ਕਾਹਦੇ 'ਚ? ਮੱਲੜ ਕਿਹਨੂੰ ਕਿਹਨੂੰ ਪਤਾ ਹੈ ਜੀ? ਬਹੁ ਗਿਣਤੀ ਨੂੰ ਮੱਲੜ ਨਹੀਂ ਪਤਾ। ਚਲੋ ਅੰਗਰੇਜ਼ੀ 'ਚ ਸ਼ਾਇਦ ਪਤਾ ਹੋਵੇ। ਹਿਊਮਸ, ਹਿਊਮਸ ਕੀ ਹੁੰਦਾ ਹੁਣ ਉਹ ਕਿਹਨੂੰ ਪਤਾ? ਦਿੱਕਤ ਖੇਤਾਂ 'ਚ ਨਹੀਂ ਹੈਗੀ, ਇੱਥੇ ਹੈ। ਕੋਈ ਵੀ ਕੰਮ ਜੇ ਤੁਸੀਂ ਕਰਨਾ ਤਾਂ ਉਹਨੂੰ ਪੂਰੇ ਗਿਆਨ ਦੇ ਨਾਲ ਹੱਥ ਪਾਓ, ਉਹਦੇ ਬਾਰੇ ਪਹਿਲਾਂ ਪੂਰਾ ਗਿਆਨ ਹਾਸਲ ਕਰੋ ਅਤੇ ਫਿਰ ਉਸ ਕੰਮ ਨੂੰ ਹੱਥ ਪਾਓ, ਸਿੱਖੋ ਉਸ ਕੰਮ ਨੂੰ। ਤਾਂ ਦਿੱਕਤ ਖੇਤਾਂ 'ਚ ਨਹੀਂ, ਦਿੱਕਤ ਦਿਮਾਗਾਂ 'ਚ ਹੈ, ਉਹਦੇ ਕਰਕੇ ਅਗਿਆਨ ਹੈ, ਅਗਿਆਨ ਕਰਕੇ ਸਮੱਸਿਆ। ਹੁਣ ਹਿਊਮਸ ਨਹੀਂ ਪਤਾ ਹੋਣਾ, ਜਦੋਂ ਤੁਸੀਂ ਰੂੜੀ ਭਰਦੇ ਹੋ ਟਰਾਲੀਆਂ ਦੇ ਵਿੱਚ, 6 ਮਹੀਨਿਆਂ ਬਾਅਦ, 8 ਮਹੀਨਿਆਂ ਬਾਅਦ, ਕਦੇ ਸਾਲ ਬਾਅਦ, ਤਾਂ ਥੱਲਿਓਂ ਜਿਹੜੀ ਕਾਲੀ ਕਾਲੀ ਜੀ ਨਿਕਲਦੀ ਆ, ਉਹ ਅਸਲ ਦੇ ਵਿੱਚ ਉਹਨੂੰ ਹਿਊਮਸ ਆਪਾਂ ਕਹਿ ਸਕਦੇ ਹਾਂ, ਪਰ ਉਹ ਵੀ ਪਿਓਰ ਹਿਊਮਸ ਨਹੀਂ ਹੈ। ਜਿੰਨਾ ਚਿਰ ਉਹਦੇ ਅੰਦਰ ਗਰਮੀ ਹੈ ਉਨਾ ਚਿਰ ਉਹ ਤੁਹਾਡੇ ਖੇਤ 'ਚ ਪਾਉਣ ਦੇ ਲਾਇਕ ਨਹੀਂ। ਤਾਂ ਫਿਰ ਅਸਲ ਦੇ ਵਿੱਚ ਹਿਊਮਸ ਜੇ ਦੇਖਣਾ ਹੋਵੇ, ਗੰਡੋਇਆ ਵਾਲੀ ਖਾਦ ਵੇਖੀ? ਗੰਡੋਇਆ ਵਾਲੀ ਖਾਦ ਜਿਹੜੀ ਨਵੀਂ ਵਾਲੀ ਹੈ, ਸੁੱਕੀ ਨਹੀਂ, ਨਵੀਂ ਵਾਲੀ, ਉਹਨੂੰ ਹੱਥ 'ਚ ਫੜੋ ਇੱਦਾਂ ਉਂਗਲ ਅਤੇ ਅੰਗੂਠੇ ਦੇ ਵਿਚਾਲੇ ਅਤੇ ਐਂ ਮਲ ਦਿਓ, ਉਹ ਨਾ ਭਰੂਗੀ ਨਹੀਂ, ਵੱਧ ਜੂਗੀ ਰੀਬਣ ਵਾਂਗੂ। ਇਹ ਹਿਊਮਸ ਹੁੰਦਾ, ਚਿਕਨਾ ਚਿਕਨਾਈ ਵਾਲਾ ਨਵੀਂ ਯੁਕਤ ਪਦਾਰਥ, ਜਿਹੜਾ ਕਿ ਜੈਵਿਕ ਮਾਦੇ ਦੇ ਡੀਕੰਪੋਜ਼ ਹੋਣ ਤੋਂ ਬਾਅਦ ਜ਼ਮੀਨ ਦੇ ਵਿੱਚ ਉਪਲਬਧ ਹੋ ਗਿਆ। ਇਹਦੀ ਸਾਡੀ ਜ਼ਮੀਨ ਨੂੰ ਸਭ ਤੋਂ ਵੱਧ ਲੋੜ ਹੈ, ਟੂ ਰਿਵਰਸ ਦਾ ਕਲਾਈਮੇਟ ਚੇਂਜ। ਹੁਣ ਤੁਸੀਂ ਕਹੋਗੇ ਵੀ ਜ਼ਮੀਨ 'ਚ ਹਿਊਮਸ ਜਾਂ ਮੱਲੜ ਵਧਾ ਕੇ ਕਲਾਈਮੇਟ ਚੇਂਜ ਹੋ ਜੂ, ਇਹ ਕਿਵੇਂ ਹੋ ਸਕਦਾ? ਬਈ ਜਿੱਥੋਂ ਮਸਲਾ ਖੜ੍ਹਾ ਹੋਇਆ ਤਾਂ ਮਸਲੇ ਦਾ ਹੱਲ ਵੀ ਉੱਥੋਂ ਹੀ ਹੋਣਾ। ਸਾਡੀ ਹੋਂਦ ਸਾਰਿਆਂ ਦੀ ਕਾਹਦੇ ਨਾਲ? ਜ਼ਮੀਨ ਦੇ ਨਾਲ। ਅਤੇ ਸਾਡੀ ਹੋਂਦ 'ਤੇ ਜਿਹੜਾ ਸੰਕਟ ਪੈਦਾ ਹੋਇਆ, ਖੜ੍ਹਾ ਹੋਇਆ, ਉਹਦਾ ਸੰਬੰਧ ਕਿਹਦੇ ਨਾਲ? ਜ਼ਮੀਨ ਦੇ ਨਾਲ। ਜੈਸੀ ਜ਼ਮੀਨ ਵੈਸੀ ਫਸਲ, ਅਤੇ ਜੈਸੀ ਫਸਲ, ਅਗਲਾ ਸ਼ਬਦ ਤੁਸੀਂ ਬੋਲਣਾ, ਵੈਸੀ ਨਸਲ। ਮੇਰੇ ਵਰਗੇ ਤੁਹਾਨੂੰ ਬਹੁ ਗਿਣਤੀ ਮਿਲਣਗੇ ਅੱਜ ਦੇ ਟਾਈਮ, 5 ਫੁੱਟ 4 ਇੰਚ ਤੋਂ 5 ਫੁੱਟ 7 ਇੰਚ ਦੇ ਵਿਚਾਲੇ, ਅਤੇ ਸਰੀਰ ਆਹ ਵੇਖ ਲਓ, ਮੇਰੇ ਨਾਲ ਬੈਠੀ ਬਾਈ ਤਿੰਨ ਸਾਰੇ ਮਾੜਕੂ ਜੇ ਆ। ਸਹੀ ਗੱਲ ਆ ਕਿ ਗਲਤ? ਬਹੁ ਗਿਣਤੀ ਜੁੱਸਿਆਂ ਪੱਖੋਂ ਉਹ ਨਹੀਂ ਰਹਿ ਗਏ ਜਿਹੜੇ ਕਦੇ ਹੁੰਦੇ ਸੀ। ਬਾਈ ਜੁੱਸਿਆਂ ਦਾ ਸੰਬੰਧ ਕਾਹਦੇ ਨਾਲ? ਖੁਰਾਕ ਨਾਲ। ਖੁਰਾਕ ਦਾ ਸੰਬੰਧ ਕਾਹਦੇ ਨਾਲ? ਜ਼ਮੀਨ ਨਾਲ। ਅਤੇ ਜ਼ਮੀਨ ਨੂੰ ਕੀ ਕਹਿੰਦੇ ਆ? ਮਾਂ। ਅਤੇ ਜਿਹੋ ਜਿਹੀ ਮਾਂ ਹੋਣਗੇ ਉਹੋ ਜਿਹੀ, ਜਿਹੋ ਜਿਹੀ ਮਾਂ ਉਹੋ ਜਿਹੇ ਬੱਚੇ ਹੋ ਜਾਣੇ। ਜੇ ਮਾਂ ਕਮਜ਼ੋਰ ਹੈ, ਮਾਂ ਦੇ ਵਿੱਚ 44 ਕਿਲੋ ਭਾਰ ਅਤੇ ਖੂਨ 7 ਗ੍ਰਾਮ ਹੈ, ਅਤੇ ਉਹ 3.5 ਕਿਲੋ ਦਾ ਜਵਾਕ ਥੋੜ੍ਹੀ ਜੰਮੂ। ਸੰਕਟ ਇੰਨਾ ਭਿਆਨਕ ਹੈ ਮਿੱਤਰੋ, 1.5 ਕਿਲੋ ਤੋਂ ਲੈ ਕੇ 2.5 ਕਿਲੋ ਦੇ ਜਵਾਕ ਪੈਦਾ ਹੋ ਰਹੇ ਆ ਪੰਜਾਬ 'ਚ, ਅੰਡਰਵੇਟ ਬੱਚੇ। ਅਤੇ ਇੱਕ ਤੰਦਰੁਸਤ ਬੱਚੇ ਦਾ ਵਜ਼ਨ ਘੱਟੋ ਘੱਟ 3.5 ਕਿਲੋ ਹੋਣਾ ਚਾਹੀਦਾ, ਅਤੇ ਉਹ ਕੁਦਰਤੀ ਰੂਪ 'ਚ ਪੈਦਾ ਹੋਣਾ ਚਾਹੀਦਾ, ਬਿਨਾਂ ਸਿਜੇਰੀਅਨ, ਨੋਰਮਲ ਡਿਲੀਵਰੀ। ਅਤੇ ਸਾਡੇ ਕਿਹੜੇ ਬੱਚੇ ਪੈਦਾ ਹੋ ਰਹੇ? 800 ਗ੍ਰਾਮ ਦੇ, 1.5 ਕਿਲੋ ਦੇ, 2.5 ਕਿਲੋ ਦੇ। ਜਿਹੜਾ 1.5 ਕਿਲੋ ਦਾ ਬੱਚਾ ਦੇਖਣ 'ਚ ਚੂਹੇ ਜਿੱਦਾਂ ਲੱਗਦਾ ਜਦੋਂ ਉਹਦਾ ਵਰਤ ਹੁੰਦਾ, ਮੇਰੇ ਵਾਲਾ ਐਡਾ ਕੀ ਸੀ? ਠੀਕ ਹੈ। ਤਾਂ ਹੁਣ ਜਿਹੜਾ 1.5 ਕਿਲੋ ਦਾ ਪੈਦਾ ਹੋਇਆ ਉਹ 3.5 ਕਿਲੋ ਦੇ ਪੈਦਾ ਹੋਏ ਨਾਲ ਮੁਕਾਬਲਾ ਕਰ ਸਕਦਾ ਜ਼ਿੰਦਗੀ 'ਚ? ਕਦੇ ਵੀ ਦਿੱਕਤ ਆਉਂਦੀ।
ठीक है, तो जमीन दे नाल ही सारी खेड़ जुड़ी हुई है। जे तुसी सारा कुछ ठीक करना है तो पहला किनू ठीक करना पू जमीन, तो जमीन ठीक करने वास्ते जमीन दे विच ऑर्गेनिक कार्बन जाने के जैविक मादा वधाउणा। जदों जैविक मादा वध गया जमीन दे विच ह्यूमस वध जूगा, तो जिहड़ियां जमीनां दे विच ह्यूमस जाने के मल्लड़ भरपूर मात्रा दे विच हुंदा है उन्हां जमीनां दी जिहड़ी मुख ताकत है वह वध जांदी है। जमीन की मुख ताकत है आह तीन पॉइंट, वाटर होल्डिंग कपैसिटी, वाटर रिटेंशन कपैसिटी ऑब्जॉर्प्शन कपैसिटी, तो तीजा हैगा वाटर रिटेंशन कपैसिटी। इनू पंजाबी च की कहांगे, जमीन की पानी सोखण की रोकण की समर्था, जमीन की पानी सोखण की समर्था, तो जमीन की सोखे हुए पानी चो कुछ पानी टॉप ते सब सॉइल उतली 9 to 1.5 feet 9 inches तो 1.5 feet मिट्टी दे विच नमी दे रूप च संभाल के रखण की समर्था। ये तिन्ने समर्थावां जमीन दियां वध जांदियां जदों ह्यूमस जमीन दे अंदर वधन लग जांदा। हुण जिहड़ी जमीन दियां तिन्ने समर्थावां वध जाणगियां उह जमीन क्लाइमेट चेंज नूं रिवर्स करना शुरू कर दिंदी है। किवें? मीह वरिया, पानी रुकिया, तुहाडे बहु गिणती खेतां दे विच मीह वरदा पानी रुकण दी बजाए रुड़ जांदा, सही गल आ कि गलत? ते एक दूजे दा सिर पाड़न दी नौबत आउंदी है वी आपदा पानी रोक मेरे वाण च आ रहा, सही गल? ये होया क्यों? वाहिगुरू ने जमीन बनाई द बेस्ट एवर फिल्टर, इस तो तकड़ा इस तो वधिया दुनिया ते ना कोई फिल्टर बनना ते ना बन सकता है ते ना ही कोई बना पाएगा। ये एक बेस्ट फिल्टर है। मीह दे पानी च कोई माइक्रो न्यूट्रिएंट्स नहीं होंदे, मिनरल्स नहीं होंदे, वो डिस्टिल्ड वाटर होंदा, जिवें दारू कढ़ी होंदी है ना, वह कुदरत कढ़ के भेजदा, ठीक है? तो डिस्टिल्ड वाटर है वह मीह दे रूप च धरती ते वरूगा, धरती ते रुकूगा ते सोखिया जाऊगा धरती वालों, उहदा वड्डा हिस्सा जमीन दे अंदरों हुंदा होया हर लेयर दर लेयर ग्राउंड वाटर ते पहुँच जूगा, वाटर टेबल ते पहुँचेगा। तो हुण की होया, जदों मिट्टी दे विच्चों रेस रेस के थले जा रहा तो नाल की लेके जा रहा? मिनरल्स, कैमिकल तो उन्हें लेके ही जाने, पर कैमिकल लजाण वास्ते नहीं सी बनया, वो बनया सी मिनरल लजाण वास्ते, ठीक है? धरती दे विच जिवें जिवें तुसी डूंघा जाने हो मिट्टी दे अंदर सूखम पोषक तत्तां जाने के खनिज पदार्थों की मात्रा वधदी जाती है। आज़ादी तो पहला अंग्रेज़ां ने एक थां ते वर्मा शैल नां दी एक कंपनी नूं तेल लभण दा ठेका दिता, उन्होंने बोर किया 1200 feet तक गए, तो हर कुछ फुट बाद सॉयल सैंपल लेंदे सी, मिट्टी दे सैंपल लेंदे सी। बाद दे विच उन्होंने वो सैंपलों का जिहड़ा टैसट किया एनालिसिस किया तो उन्हां दी रिपोर्ट ये कहिंदी है कि जिमें जिमें जमीन दे अंदर डूंघे गए उवें उवें तत्तां दी मात्रा मिट्टी दे विच वधदी गई। तां मीह दा पानी ग्राउंड वाटर टेबल ते जाके जिहड़ा हैगा वो पीण लायक पानी दे रूप च इकट्ठा हुंदा, ये कुदरत दी व्यवस्था सी। तां जदों हुण पानी रुकूगा ही नहीं तो सोखिया किवें जाऊ, तो जदों सोखिया ही ना गया तो उतली मिट्टी च संभालिया किवें जाऊ नमी दे रूप च। हुण जिथे ह्यूमस हैगा उत्थे रुकूगा भी, सोखिया भी जाऊ तो उतली मिट्टी च संभालिया भी जाऊ। जिथे ये तिने काम हो गए उत्थे की होगा, रिवर्स होनिया शुरू हो जाएगी चीज़ा। किवें? सब तो पहला
ਅਸੀਂ ਆਪਣੀਆਂ ਕਰਤੂਤਾਂ ਕਰਕੇ ਜਿਹੜਾ ਗਰਾਊਂਡ ਵਾਟਰ ਖਰਾਬ ਕੀਤਾ ਉਹ ਅਸੀਂ ਉਤਲਾ ਵੀ ਖਰਾਬ ਕੀਤਾ ਅਤੇ ਥੱਲੜਾ ਵੀ। ਜਦੋਂ ਮੀਂਹ ਦਾ ਪਾਣੀ ਸ਼ੁੱਧ ਮਿੱਟੀ ਦੇ ਵਿੱਚੋਂ ਫਿਲਟਰ ਹੋ ਕੇ ਥੱਲੇ ਜਾਊ, ਉਹ ਹਿਊਮਸ ਵਾਲੀ ਹੁੰਦੀ ਹੈ ਸ਼ੁੱਧ ਮਿੱਟੀ, ਤਾਂ ਉਹਨੇ ਵਾਟਰ ਟੇਬਲ ਨੂੰ ਉੱਪਰ ਵੀ ਚੱਕਣਾ ਅਤੇ ਉਹਦੀ ਕੁਆਲਿਟੀ ਵੀ ਸੁਧਾਰਨੀ ਹੈ, ਮਿੱਠਾ ਹੋ ਜਾਣਾ ਪਾਣੀ। ਹੁਣ ਪਾਣੀ ਦਾ ਪੱਧਰ ਉੱਤੇ ਆ ਗਿਆ, ਪਾਣੀ ਮਿੱਠਾ ਹੋ ਗਿਆ, ਕਿੰਨੀਆਂ ਸਮੱਸਿਆਵਾਂ ਹੱਲ ਹੋ ਗਈਆਂ। ਮੱਛੀ ਮੋਟਰਾਂ ਬਾਹਰ ਅਤੇ ਫਿਲਟਰ RO ਉਹ ਵੀ, ਅਤੇ ਇਹਦੇ ਨਾਲ ਕੀ ਦੋ ਕਾਰਪੋਰੇਟ ਨੂੰ ਕਿੰਨੇ ਧੱਕੇ ਲੱਗ ਗਏ, ਇਹਦੇ ਨਾਲ ਕਾਰਪੋਰੇਟ ਦੋ ਥਾਵਾਂ ਤੋਂ ਬਾਹਰ, ਇਕੱਲਾ ਸਾਮਰਾਜਵਾਦ ਮੁਰਦਾਬਾਦ ਇਹ ਨਾਰਾ ਲਾ ਕੇ ਕਾਰਪੋਰੇਟ ਦੀ ਤੁਸੀਂ ਕੋਈ ਲੱਤ ਨਹੀਂ ਤੋੜ ਸਕਦੇ, ਸਮਝ ਗਏ। ਇਹ ਸਾਰੀਆਂ ਜਥੇਬੰਦੀਆਂ ਦੀਆਂ ਲਾਈ ਜਾਂਦੀਆਂ ਕਾਰਪੋਰੇਟ ਮੁਰਦਾਬਾਦ, ਅਤੇ ਤੁਹਾਡੀ ਟੋਇਲਟ ਤੋਂ ਲੈ ਕੇ ਤੁਹਾਡੀ ਰਸੋਈ 'ਚ ਤਾਂ ਕਾਰਪੋਰੇਟ ਬੈਠਾ, ਅਤੇ ਕਾਰਪੋਰੇਟ ਮੁਰਦਾਬਾਦ ਕਿਵੇਂ ਹੋਜੂ? ਕਾਰਪੋਰੇਟ ਮੁਰਦਾਬਾਦ ਉਦੋਂ ਹੋਊਗਾ ਜਦੋਂ ਤੁਹਾਡੀ ਜ਼ਮੀਨ ਜ਼ਿੰਦਾਬਾਦ ਹੋਣ ਲੱਗ ਜੂ, ਸਮਝ ਗਏ। ਤਾਂ ਦੋ ਚੀਜ਼ਾਂ ਰਿਵਰਸ ਹੋ ਗਈਆਂ, ਸ਼ੁੱਧ ਪਾਣੀ ਆ ਗਿਆ, ਵਾਟਰ ਟੇਬਲ ਉੱਤੇ ਆ ਗਿਆ, ਨੋਰਮਲ ਤਰੀਕਿਆਂ ਦੇ ਨਾਲ ਹੁਣ ਪਾਣੀ ਕੱਢਿਆ ਜਾ ਸਕੂਗਾ ਨਲਕਾ ਗੇੜ ਕੇ, ਸਮਝ ਰਹੇ ਹੋ। ਚਲੋ ਉਸ ਤੋਂ ਬਾਅਦ ਅਗਲੀ ਚੀਜ਼, ਖੇਤੀ ਲਈ ਪਾਣੀ ਦੀ ਲੋੜ ਪੈਂਦੀ ਹੈ, ਫਸਲਾਂ ਨੂੰ ਆਪਣੇ ਵਾਧੇ ਵਿਕਾਸ ਲਈ ਪਾਣੀ ਨਹੀਂ ਨਮੀ ਚਾਹੀਦੀ ਹੈ, ਇਹ ਸਾਇੰਸ ਕਹਿੰਦੀ ਹੈ, ਠੀਕ ਹੈ। ਅਤੇ ਜੇ ਤੁਹਾਡੀ ਉਤਲੀ ਮਿੱਟੀ ਦੇ ਵਿੱਚ 1.5 ਫੁੱਟ ਤੱਕ 2 ਫੁੱਟ ਤੱਕ ਨਮੀ ਪਾਣੀ ਨਮੀ ਦੇ ਰੂਪ 'ਚ ਸੰਭਾਲਿਆ ਹੋਇਆ, ਤਾਂ ਤੁਹਾਡੀ ਫ੍ਰੀਕੁਐਂਸੀ ਆਫ ਇਰੀਗੇਸ਼ਨ ਘਟੂਗੀ ਕਿ ਵਧੂਗੀ? ਪਾਣੀ ਲਾਉਣ ਦੀ ਫਸਲ ਨੂੰ ਵਾਰੰਵਾਰਤਾ ਘਟੂਗੀ ਕਿ ਵਧੂਗੀ? ਕਿਉਂਕਿ ਫਸਲ ਦੀ ਲੋੜ ਦਾ ਪਾਣੀ ਉਹ ਵਾਹਿਗੁਰੂ ਨੇ ਕੁਦਰਤ ਨੂੰ ਹੁਕਮ ਕੀਤਾ ਕਿ ਤੂੰ ਸਟੋਰ ਕਰਕੇ ਰੱਖਣਾ। ਹੁਣ ਨਾ ਤਾਂ ਸਾਨੂੰ ਵਾਹਿਗੁਰੂ ਦੀ ਪਰਵਾਹ ਅਤੇ ਨਾ ਕੁਦਰਤ ਦੀ, ਅਸੀਂ ਤਾਂ ਪਹਿਲਾਂ ਮੱਥਾ ਟੇਕਣ ਤੱਕ ਹੀ ਸੈੱਟ ਹੋ ਗਿਆ ਕੰਮ ਸਾਡਾ, ਵੀ ਮੱਥਾ ਟੇਕ ਆਉਂਦਾ ਹੁਣ ਮੈਂ ਵੱਡਾ ਧਾਰਮਿਕ ਹੋ ਗਿਆ, ਠੀਕ ਹੈ। ਅਤੇ ਕਰਤੂਤਾਂ ਸਾਰੀਆਂ ਸ਼ੈਤਾਨ ਵਾਲੀਆਂ। ਤਾਂ ਹੁਣ ਜਦੋਂ ਪਾਣੀ ਲਾਉਣ ਦੀ ਵਾਰੰਵਾਰਤਾ ਘਟੂਗੀ, ਲਗਾਤਾਰਤਾ ਘਟੂਗੀ, ਤਾਂ ਬਾਈ ਜੀ ਉਹ ਜਿਹੜੀ ਮੋਟਰ ਆ ਉਹ ਵੱਧ ਚੱਲੂਗੀ ਕਿ ਘੱਟ? ਜੇ ਪਹਿਲਾਂ 6 ਵਾਰੀ ਚੱਲਦੀ ਸੀ ਤਾਂ ਹੁਣ ਸੀਜ਼ਨ ਦੇ ਵਿੱਚ 2 ਜਾਂ 3 ਵਾਰੀ ਚੱਲੂਗੀ। ਜਦੋਂ ਮੋਟਰ ਘੱਟ ਚੱਲੂਗੀ ਤਾਂ ਗ੍ਰਿੱਡ 'ਤੇ ਲੋਡ ਘਟੂਗਾ ਕਿ ਵਧੂਗਾ? ਘਟੂਗਾ। ਅੱਛਾ, ਗ੍ਰਿੱਡ 'ਤੇ ਲੋਡ ਘਟੂਗਾ ਤਾਂ ਕੋਇਲੇ ਵਾਲੀ ਟ੍ਰੇਨ ਵੱਧ ਚੱਲੂਗੀ ਕਿ ਘੱਟ ਚੱਲੂਗੀ? ਹੈ ਜੀ, ਉੱਧਰ ਵੀ ਲੋਡ ਘਟੂਗਾ। ਅਤੇ ਕੋਇਲਾ ਖਰੀਦਣ ਵਾਸਤੇ ਅਤੇ ਕੋਇਲੇ ਪਿੱਛੇ ਆ ਮੋਦੀ ਵਰਗੀਆਂ ਦੀਆਂ ਮਿਹਨਤਾਂ ਕਿੰਨੀਆਂ ਕੀਤੀਆਂ ਮਾਨ ਸਾਹਿਬ ਨੇ, ਹੈਂ? ਤਾਂ ਸਾਰਾ ਕੁਝ ਰਿਵਰਸ ਹੋ ਰਿਹਾ। ਜਦੋਂ ਕੋਇਲਾ ਘੱਟ ਖਰੀਦਿਆ ਗਿਆ ਤਾਂ ਜਿਹੜਾ ਜੇਬ 'ਤੇ ਬੋਝ ਸੀਗਾ ਪੰਜਾਬ ਦੇ ਲੋਕਾਂ ਦੀ 'ਤੇ, ਉਹ ਘਟੂਗਾ ਕਿ ਵਧੂਗਾ? ਉਹ ਵੀ ਘਟੂਗਾ। ਅਤੇ ਜਦੋਂ ਕੋਇਲਾ ਥਰਮਲਾਂ ਦੇ ਵਿੱਚ ਘੱਟ ਸੜਿਆ, ਹਵਾ ਪ੍ਰਦੂਸ਼ਣ ਵਧੂਗਾ ਕਿ ਘਟੂਗਾ? ਘਟੂਗਾ। ਕਲਾਈਮੇਟ ਰਿਵਰਸ ਹੁੰਦਾ ਹੈ ਜੀ, ਹੁੰਦਾ। ਇਹ ਧਰਤੀ ਮਾਤਾ ਨੂੰ ਠੀਕ ਕਰਨ ਨਾਲ ਚੀਜ਼ਾਂ ਠੀਕ ਹੋਣੀਆਂ, ਇਹ ਗੱਲ ਕਿਰਪਾ ਕਰਕੇ ਅੱਜ ਇੱਥੋਂ ਪੱਲੇ ਬੰਨ੍ਹ ਕੇ ਲੈ ਕੇ ਜਾਇਓ। ਸੋ ਹੁਣ ਜਿਹੜੇ 8 ਰੂਪ ਮੈਂ ਗਿਣੇ ਸੀ ਉਹਨਾਂ 'ਤੇ ਵਾਪਸ ਆਉਣੇ। ਇਹਨਾਂ 8 ਦੇ ਵਿੱਚੋਂ ਆਪਾਂ ਗੁਰੂ ਨਾਨਕ ਨਾਮ ਲੇਵਾ ਜਿਹੜੇ ਲੋਕ ਹੈ, ਇਹ ਕਿੰਨੇ ਰੂਪ ਹੈ ਜਿਹੜੇ ਆਪਣੀ ਧਰਤੀ ਨੂੰ ਵਾਪਸ ਦੇ ਰਹੇ? ਫਸਲੀ ਰਹਿੰਦ ਖੂੰਹਦ ਨੂੰ ਅੱਗ ਲਾਤੀ, ਜਿਹੜੇ ਨਦੀਨ ਹੈ ਉਹਨਾਂ ਨੂੰ ਊਂ ਫੂਕਤਾ ਨਦੀਨ ਨਾਸ਼ਕ ਜਿਹੜਾ ਮਾਰ ਕੇ। ਅਗਿਆਨ ਦੀ ਚਰਮ ਸੀਮਾ ਇਹ ਹੈ ਕਿ ਸਾਨੂੰ ਇਹ ਨਹੀਂ ਪਤਾ ਕਿ ਜਿਹੜੇ 32 ਤੋਂ 40 ਕਰੋੜ ਸਾਲ ਪਹਿਲਾਂ ਧਰਤੀ 'ਤੇ ਆਏ ਹੈ ਉਹਨਾਂ ਨੂੰ ਅਸੀਂ ਨਹੀਂ ਮਾਰ ਸਕਦੇ। ਨਦੀਨ ਕੀਟ ਪਤੰਗੇ, ਮੌਜੂਦਾ ਸਾਇੰਸ ਇਹ ਕਹਿੰਦੀ ਹੈ ਕਿ ਇਹਨਾਂ ਦਾ ਧਰਤੀ 'ਤੇ ਆਗਮਨ 32 ਤੋਂ 40 ਕਰੋੜ ਸਾਲ ਪਹਿਲਾਂ ਹੋਇਆ, ਅਤੇ ਮਨੁੱਖ ਦਾ
70 लाख साल पहला होया। हुण दसो भी आपां उन्हां नूं ज़्यादा जाणदे आ कि वह आपां नूं ज़्यादा जाणदे आ। उन्होंने मौसमी बदलावों का टाकरा वध कीता कि आपां वध कीता? जिहड़े हिम युग अग युग सारे पासे दे विच्चों सरवाइव करदे होए इत्थों तक पहुँच गए, तुसी उन्हां नूं खत्म कर सकदे हो? जे खत्म कर सकते होंगे तो जिद्दे पहली जहर छिड़की सी उस तो बाद दूजी छिड़कन की लोड़ पैनी चाहिदी सी? नहीं, तुसी एक तो बाद दूजी, दूजी तो बाद तीजी, साल दर साल 50 सालों तो पंजाब अन्नेवाह जहर अपने वातावरण च घोल रहा फसलों की रक्षा के नाते। 1.5% खिता इंडिया का खेती रकबे पक्षों भारत की कुल पेस्टिसाइड की खपत 18% खा जाता कि हूँ 1.5 से 18 के फर्क जो देखना हो आएगा जी 18 आएगा 1.5 तो दसो पंजाब जहर के डुबया होया कि जहर से तरिया होया? हाँ जी, 1.5% के उत्ते 18% पेस्टिसाइड हर साल पंजाब वाले खपा देंगे। तो जदों की मक्की वधी है ये 20 तक पहुँच गया होना है, वो मालवे वाले भी मक्की के मगर पै गए। तो इस तरह 10 से 12% खादा, ये अंकड़े जोड़े है जोड़े मैं दिते है ये 15 साल पुराने। हुण इदों अगे असी टप चुके होवां तो इन्ना सारा कुछ असी करते हुए सारा कुछ असी आप बर्बाद किया। जे वापस आबादी करनी है तो सानू रीजेनोवेट द सॉयल, सानू अपनी मिट्टी नू मुड़ ज्यौंदा करना पऊगा। तो मिट्टी जिहड़ी ज्यौंदी है वह ऑर्गेनिक कार्बन नाल हुंदी है, ऑर्गेनिक कार्बन तो ह्यूमस बनता, तो ह्यूमस की सारी खेड है। हुण उन्हां अठां दे विच्चों फसली रहिंद खूंद नू अग लाती, 100 हिस्से होंदे आ किसी भी चीज़ के जिन्हों आपां परसेंटां च 100% आखदे आ, 100 दे विच्चों कुदरत ने 30 हिस्से धरती दे उत्ते ते असमान च जिहड़ा सरबत बसदा उहदे लेखे लाए आ। ते असी धरती ते जिहड़ा सरबत समझदे आ दो टंगा वाले अपने आप नू समझी जांदे आ भी 30 का 30% आ जिहड़े दाणे आ साडे ही आ। ये धरती की है? थोड़ी है, सारिया की है। तुम तो 70 लाख साल पहला आए हैं, तो जोड़े 42-40-42 करोड़ साल पहला आए हैं, तो धरती पहला तो उन्होंने है। उन्होंने थोनू धरती दिती भी उगाओ खाओ मौज मनाओ। अगर जिन्हें सानू दिता असी पल्ले कख छड़ना नहीं। बहुते लोग यहोजे होंगे भी अड़े थुड़े च जी तो धारे पैसे लैके काम छड़ाया होंगे ना सारे हों, बाद गाला कड़ी जाते हैं भी असी नहीं मोड़ते तेरे पैसे। उही हालत साड़ी है। तो फसली रहिंद खूंद नूं अग लाती, वो नदी नूं नाशक पा के जिहड़ी हैगी है नदीना नूं फूकता। यह नहीं पता भी नदीन होंदे क्यों है, किनूं पता भी खेती करदे हो तुसीं सारे नदीन क्यों होंदे आ? धरती ते फसलां दे अंदर क्यों होंदे आ? बई उन्हां दी लोड़ होंदी है तां होंदे आ। जे तुहाडे नाल परमात्मा दी जां कुदरत दी कोई दुश्मनी होवे तां तुसीं कणक बीजो, ते कणक उगण तो पहला तुहाडे वाण च 1500 तरह दे नदीन सिर दे वाला वांगू जम आउणगे। जे तुहाडे नाल परमात्मा दी जां कुदरत दी कोई दुश्मनी होवे, आए हुंदा कदे भी 35 तरह दा नदीन जम पिया कणक च? आए हुंदा कदे? एक जां दो तरह दे नदीन उगदे आ। ते धरती दे विच तां लखां किस्मां दे नदीनां दे बीज पए आ, लखां सालां तों पए आ, उह सारे क्यों नहीं उगदे? क्योंकि हुक्मे अंदर सब को बाहर हुक्म ना होए। जदों टॉप सॉयल दे विच किसे खास तत् की कमी आ जाती है, माइक्रोन्यूट्रिएंट की कमी आ जाती है, मान लो लोहे की घाट आ गई टॉप सॉयल 9 इंच
मिट्टी दे विच जिथे तुहाडियां फसलां जड़ लैके पलदियां उत्थे जे लोहे की घाट आती है तो उस जमीन दे विच कणक दे सीजन च बाथू उगूगा वड्डे पद्धर ते ते बहुगिणती जिहड़े नदीन है उन्हां दियां जड़ां तुहाडियां फसलां दियां जड़ां नालों डूंघियां जांदियां जिद्दे बाथू एक गिट दा हो गया तुहाडे खेत च उहनूं आए फड़ के जड़ तों पूरा कढ के दिखा दिओ टुट जू पर जड़ समेत बाहर नहीं आउंदा। तो मैं पहला की कह के हटिया कि धरती अंदर जिन्ना डूंघा जाऊंगे सूखम पोषक तत्तां की मात्रा उन्नी वधूगी ते नदीन जा सारे है जिहड़े उह ज़्यादातर डीप रूटड है। तो जे जमीन की उतली मिट्टी के विच लोहे की घाट आ गई तो लोहे की घाट पूरी करने लई उहने किहनूं उगाउणा उहने कहना बाथू जी हाजिर हो जाओ जमीन की इजाजत नाल बाथू हुंदा क्योंकि जमीन नूं उहदी लोड़ है तो जमीन नूं आपदे वास्ते लोड़ है। जमीन नूं पता लग गया भी आ जिहड़े बहुगिणती तुरे फिरदे आ इहनां दे विच खून ही 7 ग्राम है 11 ग्राम है ते ओ खून कादे नाल बनदा हुंदा लोहे नाल ते लोहा कादे नाल आउणा सीगा टॉप सॉयल चों आउणा सी खुराक राही टॉप सॉयल च लोहा है नहीं तो मम्मी ने बाथू उगाता ते तुसीं आखिया मम्मी तैनू तां अकल ही है नहीं सानू तां कणक चाहीदी है ते तुसीं बाथू फूकता हुण तुसीं बाथू फूकिया कि आपदा खून है खून क्योंकि डूंघाई नाल चीज़ां समझण दी जिहड़ी हैगी आ समझ असीं अजे विकसित कीती नहीं अज हो सकदा कुछ करके जाइए। तां हुण उह बाथू जदों जमीन दे विच वड्डा हो रहा गिठ डेढ़ गिठ दा हो रहा जां उदू छोटा तां उहदा सही तरीका की सी उहनूं फूकण दी बजाए उहनूं गुड देना जदों नदीनां नूं गुड्डोंगे तां उह कित्थे रहि जाणगे पट के मिट्टी 'ते आ गए जिहड़ी चीज़ पट के मिट्टी 'ते आ गई तां भाई की कह के हटिया मलच हो गई सरफेस मलच हो गई वह मिट्टी के उत्ते पिया ते सब तो बेस्ट डीकंपोजिशन आ जिहड़ी ऑक्सीजन दे विच मिट्टी के उत्ते हुंदी है तां उहने समें दे नाल डीकंपोज हो के बाथू ने कादे 'च रल जाणा सी उतली मिट्टी 'च 9 इंच 'च जिथे लोहे की घाट सी ते तुसीं आखिया यार कसिया चक्कांगे खुरपा चक्कांगे रंबा चक्कांगे ये तो महंगा बड़ा तो आ स्परे जी बड़ी सस्ती है कारपोरेट वाले की ऐ नहीं पता भी कारपोरेट नाले तो थोड़े तो पैसे वट गए नाले थोड़ा खून घटाने का प्रोग्राम बना गया ठीक है। तो इस तरह जिहड़ा हरी क्रांति तो पहला कणक वाले खत्तियां दे विच अपनी वह बहुत ज़्यादा होंदी होंदी सीगी सेंजी चारा मैणा इहदा की काम है इन्हां दियां जड़ां दे विच राइजोबियम नां दा बैक्टीरिया अपना बसेरा करदा जड़ां च गंढा बना के वह हवा चों नाइट्रोजन फड़दा ते हवा चों नाइट्रोजन फड़ के जमीन दे विच फिक्स कर दिंदा। कुछ तां बूटे वरत लैंदे आ कुछ जदों बूटे खत्म हो गए तो जड़ां तो जमीन च ही रह गई तो वह नाइट्रोजन फिक्स होगी अगली फसल के ज़्यादा काम आऊगी। जदों की यूरिया आई नाइट्रोजन दे आसपैक्ट तो उदों का पंजाब दियां जमीनां च चारा मैणा सेंजी होना बंद होया कि नहीं कैमिकल वाले खेतों तो जिते नाइट्रोजन की घाट उत्थे कुदरत कहिंदी तू उग जिते लोहे की घाट उत्थे कहिंदी तू उग ठीक है। तो मतलब नदीन जमीन की लोड़ चों पैदा होंदे ते सानू लगता भी लोड़ तो कल्ली साडी हुंदी है जमीन नूं कादी लोड़ है जमीन कोई जिउंदी चीज़ है उहने सानू जम्मिया कि असीं उहनूं जम्मिया जमीन ने सानू जम्मिया ते वध अकल किहनूं होगी ते अकलमंद कौन बने फिरदे आ। पंजाबी दी इक कहावत आ सियाणा का ਉਹੀ ਹਾਲ ਆਪਣਾ ਤਾਂ ਕਾਰਪੋਰੇਟ ਤੇ ਡਿੱਗੇ ਹੈ ਕਿ ਨਹੀਂ ਹੁਣ ਇਹ ਗੰਦਾ ਜਿਹਾ ਸ਼ਬਦ ਮੈਨੂੰ ਵਰਤਣਾ ਪਿਆ ਕਿਉਂਕਿ ਬਹੁਗਿਣਤੀ
ਦੇ ਹਾਲਾਤ ਇਹੀ ਹੈ। ਤਾਂ ਨਦੀਨ ਨਾਸ਼ਕ ਜ਼ਹਿਰਾਂ ਜਿਹੜੀਆਂ ਹੈਗੀਆਂ ਉਹ ਵੀ ਹਿਊਮਸ ਨਹੀਂ ਬਣਨ ਦਿੰਦੀਆਂ। ਉਦੋਂ ਬਾਅਦ ਰੁੱਖ, ਸਾਡੇ ਇੱਕ ਕੁਦਰਤੀ ਖੇਤੀ ਗੁਰੂ ਹੋਏ ਹੈ ਡਾਕਟਰ ਓਮ ਪ੍ਰਕਾਸ਼ ਰੁਪੇਲਾ, ਪੰਜਾਬੀ ਸੀ ਬੰਦਾ, ਉਹਨੂੰ ਪੰਜਾਬ ਨਾਲ ਪਿਆਰ ਸੀ, ਪੰਜਾਬ 'ਚ ਰਿਹਾ ਨਹੀਂ, ਉਹ ਹੈਦਰਾਬਾਦ ਰਿਹਾ। ਇੰਨੀ ਸ਼ੁੱਧ ਪਿਓਰ ਪੰਜਾਬੀ ਬੋਲਦਾ ਜਿੰਨੀ ਮੈਂ ਵੀ ਨਹੀਂ ਬੋਲਦਾ। ਮੈਂ ਜਿਹੜੀ ਪੰਜਾਬੀ ਬੋਲੀ ਇਹਦੇ 'ਚ 35 ਸ਼ਬਦ ਹੁਣ ਤੱਕ ਅੰਗਰੇਜ਼ੀ ਦੇ ਬੋਲ ਗਏ। ਅਤੇ ਉਹ ਬੰਦਾ ਇੰਨੀ ਠੇਠ ਅਤੇ ਸੋਹਣੀ ਪੰਜਾਬੀ ਬੋਲਦਾ ਸੀ। ਉਹ ਕਹਿੰਦਾ ਸੀ ਮੈਂ ਪੰਜਾਬ ਦਾ ਜੰਮਿਆ ਜਾਇਆ ਅਤੇ ਮੈਂ ਪੰਜਾਬ ਲਈ ਕੁਝ ਕਰਕੇ ਜਾਣਾ ਚਾਹੁੰਦਾ। ਆਂਧਰਾ 'ਚ ਬੈਠਾ ਪੰਜਾਬ ਆਉਂਦਾ ਹੁੰਦਾ ਸੀ। ਉਹਨਾਂ ਨੇ ਇੱਕ ਪਰਿਭਾਸ਼ਾ ਦਿੱਤੀ ਖੇਤੀ ਦੇ ਬਾਰੇ, ਖੇਤੀ ਕੀ ਹੈ। ਉਹ ਕਹਿੰਦੇ ਜ਼ਮੀਨ ਉੱਤੇ ਮਹਿਜ਼ ਫਸਲਾਂ ਪੈਦਾ ਕਰਨਾ ਹੀ ਖੇਤੀ ਨਹੀਂ ਹੈ। ਆਪਾਂ ਕੀ ਕਰਦੇ ਪਏ ਹਾਂ? ਆਹੀ ਖੇਤੀ ਆਪਣੇ ਲਈ ਤਾਂ ਵੀ ਫਸਲ ਬੀਜ ਲਓ, ਪਾਲ ਲਓ, ਵੱਢ ਲਓ, ਇਹ ਖੇਤੀ ਨਹੀਂ ਹੈਗੀ। ਜ਼ਮੀਨ ਉੱਤੇ ਸਿਰਫ ਫਸਲਾਂ ਪੈਦਾ ਕਰਨਾ ਹੀ ਖੇਤੀ ਨਹੀਂ ਹੈ, ਸਗੋਂ ਖੇਤੀ ਤਾਂ ਫਸਲਾਂ, ਰੁੱਖਾਂ, ਪਸ਼ੂ ਪੰਛੀਆਂ, ਕੀਟ ਪਤੰਗਿਆਂ ਅਤੇ ਸੂਖਮ ਜੀਵਾਣੂਆਂ ਦਾ, ਜੀਵਾਂ ਦਾ ਅਦਭੁਤ ਸੁਮੇਲ ਹੈ। ਤਾਂ ਖੇਤੀ ਕਿੰਨੀਆਂ ਚੀਜ਼ਾਂ ਰਲ ਕੇ ਬਣ ਰਹੀ ਹੈ? ਪੰਜ। ਤਾਂ ਤੁਹਾਡੇ ਖੇਤਾਂ 'ਚ ਰੁੱਖ ਹੈਗੇ? ਰੁੱਖਾਂ ਨਾਲ ਜੈਵਿਕ ਮਾਦਾ ਵਧਣਾ, ਉਹ ਹੈ ਨਹੀਂ, ਉੜਾਤੇ। ਕੈਮੀਕਲ ਫਾਰਮਿੰਗ ਦੀ ਲੋੜ ਹੈ ਕਿ ਕੰਬਾਈਨ ਵੱਡੇ ਕੱਟਰ ਵਾਲੀ ਚਲਾਉਣੀ ਹੈ, ਸੰਦ ਵੱਡੇ ਲੈਣੇ ਹੈ ਅਤੇ ਰੁੱਖ ਨਹੀਂ ਆੜਨਾ ਚਾਹੀਦਾ ਵਿੱਚ, ਚਲੋ ਬਾਹਰ ਰੁੱਖ ਉੜਾਤੇ, ਇਹ ਸੋਚੇ ਬਿਨਾਂ ਕਿ ਰੁੱਖ ਦਾ ਮਹੱਤਵ ਕੀ ਹੈ। ਇੱਕ ਰੁੱਖ 100 ਸੁੱਖ, ਮੇਰੇ ਕੋਲ ਟਾਈਮ ਬਾਹਲ ਠੀਕ ਹੈ, ਇੱਕ ਰੁੱਖ 100 ਸੁੱਖ। ਜਿਹੜੀ ਚੀਜ਼ ਨੂੰ ਸ਼ਬਦਾਂ 'ਚ ਬੰਨ੍ਹਿਆ ਨਹੀਂ ਸੀ ਜਾ ਸਕਦਾ, ਜਿਹਨੂੰ ਵਿਸਥਾਰ ਦੇ ਵਿੱਚ ਦੱਸਿਆ ਨਹੀਂ ਸੀ ਜਾ ਸਕਦਾ, ਉਹਦੇ ਲਈ ਇਸ ਤਰ੍ਹਾਂ ਦੀ ਕੋਈ ਟਰਮ ਕਹਾਵਤ ਘੜ ਦਿੱਤੀ ਜਾਂਦੀ ਸੀ ਵੀ ਜਿਹੜੀ ਲੋਕਾਂ ਦੇ ਚੇਤਿਆਂ 'ਚ ਵੱਸ ਜੇ। ਚੇਤਿਆਂ 'ਚ ਤਾਂ ਵੱਸ ਗਈ ਇੱਕ ਰੁੱਖ 100 ਸੁੱਖ, ਪਰ ਦਿਮਾਗ ਕਹਿੰਦਾ ਨਹੀਂ ਨਹੀਂ, ਇਹ ਤਾਂ ਝਾੜ ਘਟਾਉਂਦੇ ਆ, ਵੱਢੋ। ਹੁਣ ਰੁੱਖਾਂ ਦੇ ਫਾਇਦੇ ਜੇ ਗਿਣੀਏ, ਰੁੱਖ ਕੀ ਹੁੰਦੇ ਆ? ਡੀਪ ਰੂਟਡ, ਇਹਨਾਂ ਦੀਆਂ ਜੜ੍ਹਾਂ ਡੂੰਘਾਈ ਦੇ ਵਿੱਚੋਂ ਖੁਰਾਕੀ ਤੱਤ ਉੱਪਰ ਲੈ ਕੇ ਆਉਂਦੀਆਂ, ਨੰਬਰ ਇੱਕ ਇਹ ਫਾਇਦਾ। 15 ਆਪਾਂ ਇੱਥੇ ਗਿਣ ਲਾਂਗੇ, 100 ਤਾਂ ਨਹੀਂ ਗਿਣ ਸਕਦੇ। ਨੰਬਰ 2, ਰੁੱਖ ਰੁੜਨ ਨਾਲ ਮਿੱਟੀ ਦਿੰਦੇ, ਰੁੱਖ ਮਿੱਟੀ ਨੂੰ ਬੰਨ੍ਹ ਕੇ ਰੱਖਦੇ ਆ। ਨੰਬਰ 3, ਮੀਂਹ ਵੀ ਇਹੀ ਪਵਾਉਂਦੇ ਨੇ, ਮੀਂਹ ਵੀ ਪਵਾਉਂਦੇ ਆ, ਕਲਾਈਮੇਟ ਚੇਂਜ ਨੂੰ ਐਡਰੈਸ ਕਰਦੇ ਆ। ਨੰਬਰ 4, ਰੁੱਖ ਸਾਨੂੰ ਲੱਕੜ ਦਿੰਦੇ ਆ। ਨੰਬਰ 5, ਰੁੱਖ ਸਾਨੂੰ ਬਾਲਣ ਦਿੰਦੇ ਆ। ਨੰਬਰ 6, ਰੁੱਖ ਸਾਨੂੰ ਦਵਾਈਆਂ ਦਿੰਦੇ ਆ। ਨੰਬਰ 7, ਰੁੱਖ ਪੱਤਿਆਂ ਦੇ ਰੂਪ 'ਚ ਸਾਨੂੰ ਖਾਦ ਦਿੰਦੇ ਆ। ਨੰਬਰ 8, ਰੁੱਖ ਪੰਛੀਆਂ ਦਾ ਰਹਿਣ ਬਸੇਰਾ ਹੁੰਦੇ ਆ। ਇੱਕ ਚਿੜੀ 1 ਮਿੰਟ 'ਚ 4 ਸੁੰਡੀਆਂ ਖਾਂਦੀ ਆ, ਚੌਥੀ ਸੁੰਡੀ ਖਾ ਕੇ ਉੱਡਣ ਲੱਗਦੀ ਆ, ਉਹਦੀ ਬਿੱਠ ਨਿਕਲ ਜਾਂਦੀ ਆ। ਤਾਂ ਜਿੱਥੇ ਰੁੱਖ ਹੋਊਗਾ ਚਿੜੀ ਉੱਥੇ ਹੀ ਆਊ। ਹੁਣ ਖਾਧਾ ਤੁਹਾਡੇ ਖੇਤੋਂ, ਰਹਿਸ਼ ਉਹਦੀ ਤੁਹਾਡੇ ਖੇਤ, ਅਤੇ ਬਿੱਠ ਕਰਨ ਤੁਹਾਡੇ ਗੁਆਂਢੀ ਦੇ ਜਾਊ? ਨਹੀਂ, ਕਿਉਂਕਿ ਜਿਵੇਂ ਉੱਡੂ ਚੌਥੀ ਸੁੰਡੀ ਖਾ ਕੇ ਅਤੇ ਉਹਦੀ ਬਿੱਠ ਉੱਥੇ ਹੀ ਨਿਕਲ ਡਿੱਗ ਜਾਣੀ। ਤਾਂ ਇੱਕ ਤਾਂ ਚਿੜੀ ਨੇ ਕੀਟਨਾਸ਼ਕ ਦਾ ਕੰਮ ਕੀਤਾ, ਪੰਛੀਆਂ ਨੇ ਜਿਹੜੇ ਰੁੱਖ 'ਤੇ ਬੈਠੇ, ਅਤੇ ਦੂਜਾ ਉਹਨਾਂ ਨੇ ਖਾਦ ਦਾ ਕੰਮ ਕੀਤਾ। ਜਾਣੀ ਕਿ ਰੁੱਖਾਂ ਕਰਕੇ ਤੁਹਾਡੇ ਖੇਤ 'ਚ ਕੀਟਨਾਸ਼ਕ ਅਤੇ ਫਰਟੀਲਾਈਜ਼ਰ ਦੇ ਕਾਰਖਾਨੇ ਕੁਦਰਤੀ ਰੂਪ 'ਚ ਮੌਜੂਦ ਹੋ ਜਾਂਦੇ ਆ। ਇਹ 9 ਫਾਇਦੇ ਹੋ ਗਏ, ਹੈ ਨਾ। ਉਸ ਤੋਂ ਬਾਅਦ 9 ਦੀ ਬਜਾਏ 10 ਹੀ ਹੋ ਗਏ। ਉਸ ਤੋਂ ਬਾਅਦ ਰੁੱਖ ਸਾਨੂੰ ਨਿੱਘ ਦਿੰਦੇ ਆ, ਰੁੱਖ ਸਾਨੂੰ ਸ਼ੀਤਲਤਾ ਦਿੰਦੇ ਆ, ਗਰਮੀਆਂ 'ਚ ਠੰਡ ਅਤੇ ਸਰਦੀਆਂ 'ਚ ਨਿੱਘ, 12 ਹੋ ਗਏ। ਉਸ ਤੋਂ ਬਾਅਦ ਇੱਕ 13ਵੀਂ ਚੀਜ਼ ਵੀ ਹੈ,
जिहदी सानू लोड़ ही नहीं हुंदी वह भी दिंदे आ, उहदा नाम हैगा ऑक्सीजन। चाहीदी आपां नूं, जे चाहीदी होवे तां फिर रुख क्यों वढ़ीए, इसे करके ही वढ़दे आ वी उहदों बिना आपणा सरदा। तां साह दिंदे आ, साह दिंदे आ। ਇਹ ਤਾਂ ਹੋ ਗਈਆਂ ਜੀ ਦੁਨਿਆਵੀ ਜੀਆਂ ਗੱਲਾਂ ਵੀ ਰੁੱਖਾਂ ਦੇ 13 ਫਾਇਦੇ, ਇਦੋਂ ਵੱਧ ਕੇ ਵੀ ਆ ਕੁਝ। ਜਿੱਦੇ ਮੈਂ ਜੰਮਿਆ ਸੀ ਰੁੱਖ ਮੇਰੇ ਬੂਹੇ ਵੱਜਿਆ ਸੀ, ਮੇਰਾ ਸਵਾਗਤ ਕਿਹਨੇ ਕੀਤਾ? ਧਰਤੀ 'ਤੇ ਰੁੱਖ ਨੇ। ਵਾਹ ਕਿਆ ਆਤਮਾ ਪ੍ਰਵੇਸ਼ ਹੋਈ ਆ ਧਰਤੀ 'ਤੇ, ਬਾਅਦ 'ਚ ਪਤਾ ਲੱਗਿਆ ਵੀ ਇਹ ਤਾਂ ਦੁਸ਼ਟ ਆਤਮਾ ਹੀ ਹੈ, ਉਸ ਸਿਰ ਵੱਢਣ ਪੈ ਗਈ। ਉਸ ਤੋਂ ਬਾਅਦ ਅਗਲੀ ਚੀਜ਼ ਉਹੀ ਰੁੱਖ ਜਿਹੜਾ ਨਿੰਮ ਬਣ ਕੇ ਸਰੀ ਬਣ ਕੇ ਵੱਜਿਆ ਸੀ ਮੇਰੇ ਬੂਹੇ, ਉਹੀ ਰੁੱਖ ਬਾਅਦ 'ਚ ਕੀ ਬਣ ਗਿਆ? ਪੰਗੂੜਾ। ਉਹੀ ਰੁੱਖ ਬਾਅਦ 'ਚ ਕੀ ਬਣ ਗਿਆ? ਗੰਢੀਰਾ। ਅਤੇ ਉਹੀ ਰੁੱਖ ਜਦੋਂ ਜਵਾਨੀ ਦਾ ਹੰਕਾਰ ਢਹਿਲਾ ਹੋਇਆ ਅਤੇ ਬਾਅਦ 'ਚ ਕੀ ਬਣ ਗਿਆ? ਕੁੰਡੀ। ਅਤੇ ਉਹੀ ਰੁੱਖ ਜਦੋਂ ਤੁਸੀਂ ਪੂਰੇ ਹੋ ਗਏ, ਤੁਹਾਡੇ ਨਾਲ ਪੂਰਾ ਹੋਇਆ, ਤੁਹਾਡਾ ਧੀ ਪੁੱਤ ਵਹੁਟੀ ਉਹ ਫੁਕੇ ਤੁਹਾਡੇ ਨਾਲ, ਅਤੇ ਫੁਕਿਆ ਕੌਣ? ਰੁੱਖ। ਇਹੀ ਕਸੂਰ ਆ ਉਹਦਾ, ਇਸੇ ਕਰਕੇ ਵੱਢਦੇ ਆ, ਇਸੇ ਕਰਕੇ ਬੇੜਾ ਗਰਕ ਕੀਤਾ। ਫਿਰ ਕਹਿੰਦੇ ਕਲਾਈਮੇਟ ਚੇਂਜ। ਜੇ ਤੁਹਾਨੂੰ ਇਹ ਰੁੱਖਾਂ ਦੇ 15-16 ਫਾਇਦੇ ਸਮਝ ਆਉਂਦੇ ਆ, ਅੱਜ ਤੋਂ ਬਾਅਦ ਪ੍ਰਤੀ ਏਕੜ 50 ਰੁੱਖ ਹਰੇਕ ਦੇ ਖੇਤ ਹੋਣੇ ਚਾਹੀਦੇ ਆ, ਤਾਂ ਇਹ ਮੀਟਿੰਗ ਸਫਲ ਆ। ਅਤੇ ਉਹ 50 ਰੁੱਖ ਬਿਉਂਤ ਕੇ ਲਾਉਣੇ ਆ, ਅਤੇ ਉਹ ਬਿਉਂਤ ਕੇ ਲਾਉਣ ਦੀ ਬਿਉਂਤ ਲੈਣ ਵਾਸਤੇ ਇਹਨਾਂ ਨੂੰ ਬਾਈ ਜੀ ਕਮਲਜੀਤ ਹੇਅਰ ਦੇ ਖੇਤ ਲੈ ਜਾਓ, ਇੱਕ ਡੈਲੀਗੇਸ਼ਨ ਦੇ ਰੂਪ 'ਚ 2 ਬੱਸਾਂ ਭਰ ਕੇ ਲੈ ਜਾਓ, 2 ਬੱਸਾਂ ਜੋਗੇ ਬੰਦੇ ਹੈਗੇ ਆ। ਜੇ ਤੁਸੀਂ ਕਹੋਗੇ ਵੀ 50 ਰੁੱਖ ਇੱਕ ਖੇਤ ਚਲਾ ਤੇ ਤਾਂ ਸਾਡੀ ਫਸਲ ਕਿੱਥੇ ਹੋਊ? ਫਸਲ ਵੀ ਹੋਊ, 50 ਰੁੱਖ ਵੀ ਹੋਣਗੇ, ਅਤੇ ਗੁਰੂ ਨਾਨਕ ਦੇ ਦਰ ਘਰ ਤੁਸੀਂ ਜਿਉਂਦੇ ਵੀ ਪ੍ਰਵਾਨ ਅਤੇ ਮਰਨ ਉਪਰੰਤ ਵੀ ਪ੍ਰਵਾਨ, ਨਹੀਂ ਤਾਂ ਭਟਕਣਾ ਹੀ ਹੈ। ਸੋ ਬਾਕੀ ਜਿਹੜੇ 4 ਪੁਆਇੰਟ ਹੈ, 5, ਉਹ ਕਦੇ ਫਿਰ ਵਿਚਾਰਾਂਗੇ। ਅਤੇ ਲਾਸਟ ਦੇ ਵਿੱਚ ਗੱਲ ਇੰਨੀ ਆ, ਮੇਰਾ ਮੁਜਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੇ ਮੇਰਾ। ਇਹ ਗੁਰੂ ਸਾਹਿਬ ਦਾ ਉਪਦੇਸ਼ ਆ ਸਾਨੂੰ, ਗੁਰਬਾਣੀ ਦਾ ਉਪਦੇਸ਼ ਆ। ਇਹਦੇ ਮੁਤਾਬਕ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕਰੋ। ਮੇਰਾ ਮੇਰਾ ਵਾਲੀ ਜਿਹੜੀ ਕੈਮੀਕਲ ਖੇਤੀ ਹੈ, ਇਹਨੂੰ ਛੱਡ ਕੇ ਤੇਰਾ ਤੇਰਾ ਵਾਲੀ ਜਿਹੜੀ ਕੁਦਰਤੀ ਖੇਤੀ ਹੈ ਉਹ ਸ਼ੁਰੂ ਕਰੋ। ਅਤੇ ਉਹਨੂੰ ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਨਾਮ ਦਿੱਤਾ, ਸਾਂਝੀ ਸਹਿਯੋਗੀ ਸਰਬੱਤ ਦੇ ਭਲੇ ਦੀ ਗੁਰੂ ਨਾਨਕ ਖੇਤੀ। ਉਸ ਖੇਤੀ ਵਿੱਚ ਉਹ ਸਾਰਾ ਕੁਝ ਹੋਊਗਾ ਜਿਹੜਾ ਇੱਥੇ ਤੁਹਾਡੇ ਸਾਹਮਣੇ ਮੈਂ ਰੱਖਣ ਦੀ ਕੋਸ਼ਿਸ਼ ਕੀਤੀ ਆ। ਅਤੇ ਉਹ ਖੇਤੀ ਕਲਾਈਮੇਟ ਚੇਂਜ ਨੂੰ ਰਿਵਰਸ ਕਰੇਗੀ। ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈਗਾ। ਮੇਰੀ ਗੱਲ ਤੁਸੀਂ ਬੜੇ ਸਬਰ ਸੰਤੋਖ ਤਹੱਮਲ ਨਾਲ ਸੁਣੀ, ਉਹਦੇ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ। ਜੇ ਕੋਈ ਵੱਧ ਘੱਟ ਸ਼ਬਦ ਬੋਲੇ ਗਏ ਹੋਣ ਉਹਦੇ ਲਈ ਖਿਮਾ ਦਾ ਜਾਚਕਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬਾਈ।